ਗਾਈਡ ਕਰ ਰਹੇ ਹਨ, ਉਹਨਾਂ ਦੀ ਆਗੇ ਨਾਲ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਮੇਰੇ ਖਿਆਲ ਵਿੱਚ ਇਹ ਬੜਾ ਮਹਾਨ ਦਿਹਾੜਾ ਹੈ। ਅਸੀਂ ਬੈਠੇ ਅੰਦਰ ਗੱਲ ਕਰ ਰਹੇ ਸੀ ਬਲਰਾਜ ਸਾਹਿਬ ਨੂੰ ਕਿਉਂ ਯਾਦ ਕਰ ਰਹੇ ਹਾਂ, ਥੋੜ੍ਹਾ ਜਿਹਾ ਉਹਨਾਂ ਬਾਰੇ ਪੜ੍ਹਿਆ। ਉਹਨਾਂ ਦੇ ਪਿਤਾ ਜਿਹੜੇ ਸਨ ਇੱਕ ਅਮੀਰ ਵਪਾਰੀ ਸਨ। ਉਹਨਾਂ ਦੀ ਖਾਹਿਸ਼ ਸੀਗੀ ਕਿ ਦੋ ਮੇਰੇ ਪੁੱਤਰ ਹਨ ਬਲਰਾਜ ਸਾਹਨੀ ਅਤੇ ਭੀਸ਼ਮ ਸਾਹਨੀ, ਇੰਪੋਰਟ ਐਕਸਪੋਰਟ ਦਾ ਕੰਮ ਕਰਾਂਗੇ ਅਤੇ ਇੱਕ ਲੰਡਨ ਬੈਠੇਗਾ, ਇੱਕ ਲਾਹੌਰ ਹੋਏਗਾ, ਅਤੇ ਕਿਤਨਾ ਫਲਿਸ਼ ਕਰੇਗਾ ਬਿਜ਼ਨਸ। ਅਤੇ ਕੀ ਹੋਣਾ ਸੀਗਾ, ਸੇਠ ਬਲਰਾਜ ਸਾਹਨੀ ਨੂੰ ਅਸੀਂ ਯਾਦ ਨਹੀਂ ਸੀ ਕਰਨਾ, ਕਈ ਸੇਠ ਹੋਏ, ਲੇਕਿਨ ਪੰਜਾਬੀ ਬਲਰਾਜ ਸਾਹਨੀ ਨੂੰ ਪੰਜਾਬੀ ਅਕੈਡਮੀ ਅਤੇ ਸਾਹਿਤ ਸਦਨ ਅੱਜ ਦੇ ਪ੍ਰੋਫੈਸਰ ਮਰਦੂਰਾਜ ਮੁਖਰਜੀ ਸ਼ੁਰੂ ਤੋਂ ਇਹਦੇ ਨਾਲ ਮੈਨੇਜਮੈਂਟ ਐਸੋਸੀਏਟਡ ਹਨ, ਨੀਨਾਪੁਰੀ ਜੀ ਹਨ ਸਾਡੇ ਵਾਈਸ ਪ੍ਰੈਜੀਡੈਂਟ ਇੰਸਟੀਟਿਊਟ ਪੰਜਾਬ ਸਟੱਡੀ ਦੇ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬੀਆਂ ਦਾ ਸਦਨ ਬਣਾਇਆ ਜਾਏ, ਤਾਂ ਬਲਰਾਜ ਸਾਹਿਬ ਇਸ ਕਰਕੇ ਯਾਦ ਕਰਦੇ ਹਾਂ ਕਿ ਉਹ ਬਹੁਤ ਵੱਡੇ ਪੁਰਸ਼ ਹੋਏ। ਉਹਨਾਂ ਨੇ ਆਮ ਗੱਲ ਨਹੀਂ ਕੀਤੀ, ਆਮ ਗੱਲ ਕੀ ਹੋਣੀ, 20-40 ਵਪਾਰ ਕਰਕੇ ਪੈਸੇ ਬਣਾਉਣੇ ਸੀ, ਉਹਨਾਂ ਨੇ ਨਹੀਂ ਬਣਾਇਆ, ਉਹ ਗੱਲ ਕੀਤੀ ਜਿਹੜੀ ਉਹਨੂੰ ਮਨੋਂ ਚੰਗੀ ਲੱਗੀ। ਅਤੇ ਇੱਕ ਗੱਲ ਜਿਹੜੀ ਮੈਨੂੰ ਉਹਨਾਂ ਦੀ ਬੜੀ ਜੱਚੀ ਹੋਇਆ ਹੈ ਕਿ ਜਦੋਂ ਐੱਮ ਏ ਕੀਤੀ ਅੰਗਰੇਜ਼ੀ ਦੀ, ਪੜ੍ਹਾਉਣ ਲੱਗ ਗਏ ਹਿੰਦੀ ਜਾ ਕੇ, ਉਹ ਵੀ ਸ਼ਾਂਤੀ ਨਿਕੇਤਨ, ਅਤੇ ਟੈਗੋਰ ਨਾਲ ਮੁਲਾਕਾਤ ਹੋਈ, ਕੀ ਕਰਦਾ, ਕਹਿੰਦਾ ਮੈਂ ਹਿੰਦੀ 'ਚ ਲਿਖਦਾ, ਕਿਉਂ ਹਿੰਦੀ ਦੀ ਬੜੀ ਮਾਰਕੀਟ ਹੈ, ਅੰਗਰੇਜ਼ੀ ਦੀ ਉਸ ਜ਼ਿਆਦਾ ਮਾਰਕੀਟ ਹੈ। ਉਹ ਕਹਿੰਦੇ ਨਹੀਂ, ਤੂੰ ਪੰਜਾਬੀ 'ਚ ਲਿਖਿਆ ਕਰ। ਅਤੇ ਮੈਂ ਅਕਾਲੀ ਲਹਿਰ 'ਤੇ ਕੰਮ ਕਰ ਰਿਹਾ ਸੀ, ਫਿਰ ਬਾਅਦ ਦੇਖਿਆ ਕਿ ਪੰਜਾਬੀ ਸੂਬੇ ਦਾ ਵਿਰੋਧ ਕਿਉਂ ਹੋ ਰਿਹਾ ਸੀਗਾ। ਅੰਦਰ ਬੈਠੇ ਸੀ ਬਾਈ ਚਾਂਸ ਪ੍ਰਾਣ ਨੇਵਲ ਨਾਲ, ਜਥੇਦਾਰ ਜੀ ਆ ਗਏ, ਵੇਦਾਂਤੀ ਸਾਹਿਬ ਸਾਡੇ ਅਕਾਲ ਤਖਤ ਦੇ ਛੋਟੇ ਮੋਟੇ ਨਹੀਂ, ਅਤੇ ਘਬਰਾਇਆ ਥੋੜ੍ਹਾ ਥੋੜ੍ਹਾ, ਗੱਲਬਾਤ ਕਰ ਰਹੇ ਸੀ ਕਿ ਪੰਜਾਬੀ ਦੀ ਪ੍ਰੋਬਲਮ ਕੀ ਹੋਈ ਕਿ ਪੰਜਾਬੀ ਅਸੀਂ ਸਿੱਖਾਂ ਦੀ ਬਣਾ ਲਈ, ਹਿੰਦੀ ਹਿੰਦੀਆਂ ਦੀ ਹੋ ਗਈ, ਇੱਕ ਤਾਂ ਗੁਰਮੁਖੀ ਗੁਰੂਆਂ ਦਾ ਮੂੰਹ ਤੋਂ ਨਿਕਲੀ ਵੀ, ਇੱਕ ਦੇਵਨਾਗਰੀ ਦੇਵਾਨਾਗਰੀ ਤੋਂ ਆਈ ਵੀ ਪਵਿੱਤਰ ਹੋ ਗਈ, ਅਤੇ ਉਰਦੂ ਵਾਲਾ ਕਹਿੰਦਾ ਅਸੀਂ ਪਿੱਛੇ ਕਿਉਂ ਰਹੀਏ, ਸ਼ਾਹਮੁਖੀ ਸ਼ਾਹ ਦੀ, ਅਤੇ ਲੋਕਾਂ ਦੀ ਕਿੱਥੇ ਗਈ। ਅਤੇ ਪ੍ਰਾਣ ਨੇਵਲ ਉਹ ਬੋਲਦੇ ਨੇ ਪੰਜਾਬੀ ਜਿਹੜੀ ਲੋਕਾਂ ਦੀ, ਪੰਜਾਬੀਆਂ ਦੀ ਹੈ, ਗੁਰੂਆਂ ਦੀ ਹੈ, ਭਗਤਾਂ ਦੀ ਹੈ, ਬਾਬਾ ਨਾਨਕ ਦੀ, ਕਬੀਰ ਦੀ, ਉਹ ਪੰਜਾਬੀ। ਤਾਂ ਅਸੀਂ ਕੋਸ਼ਿਸ਼ ਕੀਤੀ ਕਿ ਅੱਜ ਅਸੀਂ ਪੰਜਾਬੀ ਉਹਨੂੰ ਰਲ ਕੇ ਯਾਦ ਕਰੀਏ। ਇਸ ਗੱਲ ਦਾ ਸਾਨੂੰ ਥੋੜ੍ਹਾ ਜਿਹਾ ਦੁੱਖ ਲੱਗਦਾ ਕਿ ਜਿਹੜੇ ਮਦਨ ਗੋਪਾਲ ਸਿੰਘ ਸਾਡੇ ਕੀ ਸਪੀਕਰ ਸਨ, ਉਹ ਬਿਮਾਰ ਹੋ ਗਏ ਹਨ, ਨਾਲ ਕਲਪਨਾ ਸਾਰੀ ਨੇ ਬੋਲਣਾ ਸੀ, ਉਹ ਵੀ ਬਿਮਾਰ ਹੋ ਗਏ ਹਨ। ਇਸੀ ਹਾਲ ਵਿੱਚ ਬਹੁਤ ਚਿਰ ਪਹਿਲਾਂ ਮੈਂ ਬਲਰਾਜ ਸਾਹਨੀ ਦੇ ਨੇੜੇ ਦਰਸ਼ਨ ਨਹੀਂ ਕੀਤੇ, ਪਰ ਉਹਨਾਂ ਦੇ ਦਰਸ਼ਨ ਉਹਨਾਂ ਦੇ ਛੋਟੇ ਵੀਰ ਭੀਸ਼ਮ ਸਾਹਨੀ ਨੇ ਕਰਾਏ, ਬਲਰਾਜ ਸਾਹਨੀ ਬਾਰੇ ਬੋਲਿਆ। ਅਤੇ ਭੀਸ਼ਮ ਸਾਹਨੀ ਦੱਸਦੇ ਸਨ ਕਿ ਕਿਵੇਂ ਮੇਰੇ ਵੀਰ ਨੇ ਮੈਨੂੰ ਰਿਫਰੈਂਸ ਕੀਤਾ ਪਿਆ ਹੈ। ਬੜੀ ਕਮਾਲ ਚੀਜ਼ ਹੈ ਕਿ ਕੱਟੜਧਾਰੀ ਸਮਾਜੀ ਪਰਿਵਾਰ 'ਚ ਪੈਦਾ ਹੋਏ, ਗੁਰੂਕੁਲ ਗਏ, ਉਹ ਤੋਂ ਬਾਅਦ ਟੋਟਲ ਕੰਟਰਾਸਟ ਆਪਣੇ ਪ੍ਰੋਫੈਸਰ ਦੇ ਇਨਫਲੂਐਂਸ ਹਟਾਏ, ਕਿਸੇ ਦੇ ਰਿਹਾਏ। ਜਿਹੜੀ ਗੱਲ ਮੈਂ ਦੱਸਣਾ ਚਾਹੁੰਦਾ ਸਹਿਤ ਸਦਨ ਕਰਕੇ, ਉਹ ਹੈ ਕਿ ਪੰਜਾਬੀ ਸੂਬੇ ਦੀ ਓਪੋਜੀਸ਼ਨ ਹੋ ਰਹੀ ਸੀਗੀ, ਕਿਉਂ ਹੋ ਗਈ, ਪਹਿਲਾਂ ਇੱਕ ਗਲਤੀ ਕੀਤੀ ਕਿ ਸਾਡੇ ਇੱਕ ਵੱਡੇ ਲੀਡਰ ਨੇ ਕਿਹਾ ਕਿ ਮੈਂ ਉਸ ਸੂਬੇ 'ਚ ਇੱਥੇ ਸਿੱਖਣ ਦੀ ਮੈਜੋਰਟੀ ਹੋਵੇ, ਸਿੱਖ ਸੂਬਾ ਹੋ ਗਿਆ ਨਾ, ਸਿੱਖ ਸਟੇਟ ਵਾਲੀ ਗੱਲ ਜਿਹੜੀ ਸੀ। ਬਲਰਾਜ ਸਾਹਨੀ ਨੇ ਇੱਕ ਲੰਬੀ ਚੌੜੀ ਚਿੱਠੀ ਲਿਖੀ, ਟੈਗੋਰ ਨੇ ਕਿਹਾ ਕਿ ਜੇ ਤੂੰ ਪੰਜਾਬੀ ਹੈ ਤਾਂ ਪੰਜਾਬੀ 'ਚ ਲਿਖਿਆ ਕਰ, ਅਤੇ ਕਹਿੰਦਾ ਉਹਦੇ ਬਾਅਦ ਮੈਂ ਇੱਕ ਪੰਜਾਬੀ ਦੀ ਟਾਈਪਰਾਈਟਰ ਲੈ ਲਈ। ਪੰਜਾਬੀ ਦੀ ਟਾਈਪਰਾਈਟਰ ਲੈ ਕੇ ਉਹਨੇ ਪੰਜਾਬੀ 'ਚ ਲੰਬੀ ਚੌੜੀ ਚਿੱਠੀ ਲਿਖੀ ਇੰਦਰਾ ਗਾਂਧੀ ਨੂੰ, ਪ੍ਰਾਈਮ ਮਿਨਿਸਟਰ ਨੂੰ, ਕਿ ਪੰਜਾਬੀ ਸੂਬਾ ਕਿਉਂ ਬਣਨਾ ਚਾਹੀਦਾ। ਕਹਿੰਦਾ ਮੈਂ ਇਸ ਕਰਕੇ ਪੰਜਾਬੀ 'ਚ ਲਿਖ ਰਿਹਾ ਕਿ ਸਾਬਤ ਕਰਨਾ ਚਾਹੁੰਦਾ ਕਿ ਪੰਜਾਬੀ ਪੰਜਾਬੀ ਨੂੰ ਅਪੋਜ਼ ਨਹੀਂ ਹੈਗੇ, ਪੰਜਾਬੀ ਹਿੰਦੂ ਜਿਹੜੇ ਨੇ। ਚਿੱਠੀ ਭੇਜੀ ਸਾਰ ਸਵਰਨ ਸਿੰਘ ਨੂੰ,
ਰਿਕੁਐਸਟ ਨਾਲ ਪੰਜਾਬੀ ਲਿਖੀ ਕਿ ਸਰਦਾਰ ਸਾਹਿਬ ਤੁਹਾਨੂੰ ਪੰਜਾਬੀ ਗੁਰਮੁਖੀ ਸਕ੍ਰਿਪਟ ਚਾਹੁੰਦੀ ਹੈ, ਇਸ ਕਰਕੇ ਤੁਹਾਨੂੰ ਭੇਜ ਰਹੇ ਹਾਂ, ਤੁਸੀਂ ਹੂ ਬੂ ਮੇਰੀ ਚਿੱਠੀ ਇੰਦਰਾ ਗਾਂਧੀ ਨੇ ਪੜ੍ਹ ਕੇ ਸੁਣਾਉਣਾ। ਤਾਂ ਉਹਦੇ ਨਾਲ ਕੀ ਹੋਇਆ, ਇਹ ਜਿਹੜਾ ਸੀ ਨਾ ਭਾਈ ਪੰਜਾਬੀ ਹਿੰਦੂ ਅਪੋਜ਼ ਕਰਦੇ, ਉਹ ਨਹੀਂ ਅਪੋਜ਼ ਕਰਦੇ, ਨਾਲ ਕਹਿੰਦੇ ਸਿੱਖਾਂ ਨੂੰ ਇਹ ਵੀ ਚਾਹੀਦਾ ਕਹਿਣਾ ਕਿ ਅਸੀਂ ਸਿੱਖ ਸੂਬਾ ਨਹੀਂ ਮੰਗਦੇ, ਅਸੀਂ ਉਹ ਸੂਬਾ ਮੰਗਦੇ ਹਾਂ ਜਿਹਦੇ ਪੰਜਾਬੀ ਜਿਹੜੀ ਉਹਦੀ ਮੀਡੀਅਮ ਹੋਏਗੀ, ਜਿਹਦੇ ਪੰਜਾਬੀਆਂ ਦੀ ਮੈਜੋਰਿਟੀ ਹੋਏਗੀ, ਭਾਵੇਂ ਪੰਜਾਬੀ ਹਿੰਦੂ ਹੋਣ, ਮੁਸਲਮਾਨ ਹੋਣ, ਸਿੱਖ ਹੋਣ। ਉਹਦੇ ਨਾਲ ਫਤਿਹ ਸਿੰਘ ਕੀ ਕਿਹਾ, ਨਵਾਂ ਟੋਨ ਆਇਆ। ਅਤੇ ਅਚਾਨਕ ਮੈਂ ਸੋਚਦਾ ਸੀ ਵੀ ਪੰਜਾਬੀ ਸੂਬਾ ਜਿਹੜਾ ਵਿਰੋਧ ਹੋ ਰਿਹਾ ਸੀਗਾ, ਅਚਾਨਕ ਸਾਰੇ ਪਾਸੇ ਵਿਰੋਧ ਕਿਉਂ ਖਤਮ ਹੋ ਗਿਆ? ਵਿਰੋਧ ਖਤਮ ਹੋ ਗਿਆ ਕਿ ਉਹਨਾਂ ਨੇ ਕਿਹਾ ਸਾਡੀ ਜ਼ਬਾਨ ਹੈ, ਸਾਡੀ ਪੰਜਾਬੀ ਹੈ। ਸੋ ਪ੍ਰਾਨ ਨੇਵਲ ਦੀ ਪੰਜਾਬੀ ਹੈ, ਮਿਰਦੂਲਾ ਮੁਖਰਜੀ ਦੀ ਪੰਜਾਬੀ ਹੈ, ਸਵਰਾਜ ਵੀਰ ਦੀ ਪੰਜਾਬੀ ਹੈ, ਇਹ ਕੱਲੀ ਮਹਿੰਦਰ ਸਿੰਘ ਦੀ ਪੰਜਾਬੀ ਨਹੀਂ, ਇਹ ਅਸੀਂ ਦੱਸਣਾ ਚਾਹੁੰਦੇ ਹਾਂ। ਮੈਂ ਚਾਹਾਂਗਾ ਕਿ ਸਵਰਾਜ ਵੀਰ ਨੂੰ ਬੇਨਤੀ ਕਰੀਏ ਕਿ ਕੰਡਕਟ ਕਰਨ, ਕਿਉਂਕਿ ਸਵਰਾਜ ਵੀਰ ਉਹਨਾਂ ਦਾ ਫੰਕਸ਼ਨ ਹੈ, ਉਹਨਾਂ ਨੇ ਬੜੇ ਚਾਅ ਨਾਲ ਕੇ ਪੰਜਾਬੀਆਂ ਨੂੰ ਯਾਦ ਕਰੀਏ। ਜਦੋਂ ਪ੍ਰਾਨ ਨੇਵਲ ਨੂੰ ਫੋਨ ਕੀਤਾ, ਹਾਂ ਤੁਸੀਂ ਕਹਿੰਦਾ ਮੈਨੂੰ ਪਹਿਲਾਂ ਵੀ ਬੁਲਾਇਆ ਸੀਗਾ, ਲਾਹੌਰ ਰਾਜ ਐਂਡ ਭਾਈ ਰਾਮ ਸਿੰਘ ਕਿਤਾਬ ਆਈ, ਬਹੁਤ ਸਾਰਾ ਨਹੀਂ ਸੀ ਪਤਾ ਕਿ ਭਾਈ ਰਾਮ ਸਿੰਘ ਕੌਣ ਹੈ। ਭਾਈ ਰਾਮ ਸਿੰਘ ਵਿਚਾਰਾ ਕਾਰਪੈਂਟਰ ਸੀਗਾ, ਅਤੇ ਜਿਹੜਾ ਆਰਟਸ ਕਾਲਜ ਉੱਥੇ ਪ੍ਰਿੰਸ ਆਫ ਵੇਲਜ਼ ਆਇਆ, ਤਾਂ ਰੰਨਰ ਚਲਾਈ ਜਾ ਰਹੇ, ਸਾਰੇ ਜਾ ਕੇ ਹਾਰ ਪਾ ਰਹੇ ਸੀ। ਉਹ ਕਹਿੰਦੇ ਬੰਦਾ ਕੌਣ ਹੈ ਜਿਹੜਾ ਕਿ ਹਾਰ ਪਾਉਣ ਲਈ ਅੱਗੇ ਨਹੀਂ ਆਇਆ, ਫੋਟੋ ਨਹੀਂ ਖਿਚਾ ਰਿਹਾ, ਖਾਸ ਬੰਦਾ ਹੋਣਾ। ਉਹ ਕਹਿੰਦੇ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ, ਕਹਿੰਦੇ ਕੋਈ ਗੱਲ ਨਹੀਂ। ਅਤੇ ਉਹ ਇੰਨਾ ਗਿਫਟਡ ਬੰਦਾ ਹੋਇਆ ਕਿ ਉਹਨੂੰ ਫਿਰ ਉੱਥੇ ਬੁਲਾਇਆ, ਕੁਈਨ ਦਾ ਸਮਰ ਪੈਲਸ ਡਿਜ਼ਾਇਨ ਕਰਨ ਲਈ ਕੇ ਸੀ ਆਈ ਕਿੰਨੇ ਖਿਤਾਬ ਦਿੱਤੇ, ਅਤੇ ਪਹਿਲਾ ਇੰਡੀਅਨ ਪ੍ਰਿੰਸੀਪਲ ਰਿਹਾ ਉਹਦੇ ਆਰਟਸ ਕਾਲਜ ਦਾ। ਪਰ ਅਸੀਂ ਪਹਿਚਾਣਦੇ ਰਹੇ, ਸਾਨੂੰ ਪਹਿਚਾਣ ਹੁੰਦੀ ਕਿ ਜੇ ਹਿੱਪੀ ਪਾਉਣਗੇ ਖੱਦਰ, ਤਾਂ ਖੱਦਰ ਸੋਹਣਾ ਹੈਗਾ, ਜੇ ਅਸੀਂ ਪਾਵਾਂਗੇ ਖੱਦਰ ਸੋਹਣਾ ਨਹੀਂ ਹੈਗਾ। ਜੇ ਪੰਜਾਬੀ ਦੀ ਡਿਕਸ਼ਨਰੀ ਬਣਾਈ, ਚੰਗੀ ਡਿਕਸ਼ਨਰੀ, ਕਿਉਂਕਿ ਫਲਾਣਾ ਅੰਗਰੇਜ਼ ਲਿਖਦਾ ਕਿ ਚੰਗੀ ਡਿਕਸ਼ਨਰੀ ਹੈ, ਪੰਜਾਬੀ ਦੇ ਪ੍ਰੋਫੈਸਰ ਚੰਗਾ ਨਹੀਂ ਹੈਗਾ। ਸੋ ਇਹ ਮਾਣ ਜਿਹੜਾ ਹੈ ਪੰਜਾਬੀ ਜ਼ਬਾਨ ਨੂੰ, ਪੰਜਾਬੀ ਸੱਭਿਆਚਾਰ ਨੂੰ ਬਲਰਾਜ ਸਾਹਨੀ ਹੋਰਾਂ ਨੇ ਦਿੱਤਾ, ਬਸ ਬਿਪਿਨ ਚੰਦਰ ਨੇ ਦਿੱਤਾ। ਮੈਂ ਪਹਿਲੀ ਵੀ ਯਾਦ ਹੈ, ਜਦੋਂ ਮੈਂ ਪੀ ਐੱਚ ਡੀ ਰਜਿਸਟਰ ਹੋਇਆ ਤਾਂ ਮੈਂ ਘਬਰਾ ਕੇ ਤਿਆਰੀ ਕਰ ਗਏ, ਹਿੰਦੂ ਕਾਲਜ ਰਹਿੰਦੇ ਸੀਗੇ, ਮੈਂ ਆਈ ਕਮਿੰਗ ਸਰ। ਉਹ ਕਹਿੰਦਾ ਤੁਹਾਨੂੰ ਬਹੁਤ ਜ਼ਿਆਦਾ ਅੰਗਰੇਜ਼ੀ ਆਉਂਦੀ ਹੈ। ਮੈਂ ਕਿਹਾ ਨਹੀਂ, ਮੈਂ ਸੋਚਿਆ ਬੰਗਾਲੀ ਹੋਣਾ, ਮੈਂ ਸੋਚਿਆ ਕਿਵੇਂ ਅੰਗਰੇਜ਼ੀ ਬੋਲਾਂਗਾ, ਕਿਵੇਂ ਗੱਲਬਾਤ ਕਰਾਂਗਾ। ਕਹਿੰਦਾ ਸਰ ਆ ਜਾ, ਪਹਿਲਾਂ ਕਹਿੰਦਾ ਜਾ, ਕਾਰ ਨੂੰ ਧੱਕਾ ਲਗਾ ਲੈਂਦੀ, ਪੁਰਾਣੀ ਕਾਰ ਹੁੰਦੀ ਸੀ ਨਾ ਹੁੰਦੀ। ਕਹਿੰਦਾ ਜਾ ਕੇ ਚਾਂਦੀ ਚੌਕ ਕੋਲ ਉੱਥੇ ਜਲੇਬੀਆਂ ਖਾਈਏ। ਸੀ ਵਾਸ ਟ੍ਰਾਇੰਗ ਟੂ ਰਿਮੂਵ ਆਏ ਕੰਪਲੈਕਸ। ਕਹਿੰਦਾ ਤੁਹਾਨੂੰ ਸੋਚਿਆ ਵੀ ਸਰਦਾਰ ਹੈ, ਪੰਜਾਬੀ ਬੋਲਿਆ ਕਰਾਂਗੇ, ਹਿਮਾਚਲ ਦਾ ਪੰਜਾਬੀ। ਉਹ ਪੰਜਾਬੀ ਸੀ, ਵੱਡਾ ਪੰਜਾਬ ਜਿਹੜਾ, ਨੀਨਾ ਜੀ ਯਾਰ, ਮਿਰਦੂਲਪੁਰੀ ਮਿਰਦੂਲਾ ਜੀ, ਅਸੀਂ ਸਾਰੇ ਪੰਜਾਬੀ ਹਾਂ। ਸੋ ਪੰਜਾਬੀ ਸੱਭਿਆਚਾਰ ਜੇ ਪ੍ਰਫੁੱਲਤ ਹੋਏਗਾ, ਜੇ ਪੰਜਾਬੀ ਅਕੈਡਮੀ ਕਰ ਰਹੀ ਹੈ, ਤਾਂ ਉਹਦੇ ਨਾਲ ਕੀ ਹੁੰਦਾ, ਇਟ ਚੈਕਸ ਕਮਿਊਨਲਿਜ਼ਮ। ਅਸੀਂ ਵਿਸਾਖੀ ਮਨਾਉਂਦੇ ਹਾਂ, ਤਾਂ ਫਿਰ ਅਸੀਂ ਹਿੰਦੂ ਜਾਂ ਸਿੱਖ ਨਹੀਂ ਮਨਾਉਂਦੇ, ਅਸੀਂ ਪੰਜਾਬੀ ਹੋ ਕੇ ਮਨਾਉਂਦੇ ਹਾਂ। ਸੋ ਕੋਸ਼ਿਸ਼ ਕਰੀਏ, ਇਹ ਸਾਲ ਹੈ, ਇਹ ਸੈਲੀਬ੍ਰੇਸ਼ਨ ਲੰਬੀ ਕਰੀਏ ਕਿ 2015 ਵਿੱਚ ਭੀਸ਼ਮ ਸਾਹਨੀ ਦੀ ਵੀ ਸ਼ਤਾਬਦੀ ਹੈ, ਅਤੇ ਰਲ ਕੇ ਪੰਜਾਬੀ ਸੱਭਿਆਚਾਰ, ਪੰਜਾਬੀ ਜ਼ਬਾਨ ਨੂੰ ਅੱਗੇ ਲਿਆਈਏ। ਪ੍ਰਾਨ ਨੇਵਲ ਬੜੇ ਨੋਨ ਡਿਪਲੋਮੈਟ ਹਨ, ਲਾਹੌਰ ਦੀ ਕਿਤਾਬ ਉਹਨਾਂ ਦੀ ਬੜੀ ਚਰਚਾ 'ਚ ਆਈ, ਇੱਥੇ ਪ੍ਰੈਜ਼ਾਈਡ ਕਰਨ ਆਏ ਸੱਜਾ ਵੰਡਾਲ ਦੇ ਲੈਕਚਰ 'ਤੇ, ਪਰਵੇਜ਼ ਵੰਡਾਲ ਦੇ, ਉਦੋਂ ਡਿਸਕਵਰ ਕੀਤਾ ਕਿ ਕਿੰਨੇ ਚੰਗੇ ਪੰਜਾਬੀ ਹਨ। ਪ੍ਰੋਫੈਸਰ ਮਿਰਦੂਲਾ ਮੁਖਰਜੀ ਬੜੇ ਡਿਸਟਿੰਗੁਇਸ਼ਡ ਇੰਡੀਅਨ ਹਿਸਟਰੀ ਦੇ ਪ੍ਰੋਫੈਸਰ ਹਨ, ਨੈਸ਼ਨਲ ਮੂਵਮੈਂਟ ਦੇ ਅਥਾਰਟੀ ਹਨ, ਨਹਿਰੂ ਯੂਨੀਵਰਸਿਟੀ ਪ੍ਰੋਫੈਸਰ, ਡੀਨ, ਅਤੇ ਨਹਿਰੂ ਮਿਊਜ਼ੀਅਮ ਅਤੇ ਲਾਇਬ੍ਰੇਰੀ ਦੇ ਡਾਇਰੈਕਟਰ ਰਹੇ ਹਨ। ਸਾਨੂੰ ਮਾਣ ਹੈ ਕਿ ਉਹ ਵੀ ਪੰਜਾਬੀ ਹਨ, ਬਲਰਾਜ ਸਾਹਨੀ ਦੇ ਫੰਕਸ਼ਨ 'ਤੇ ਪ੍ਰੈਜ਼ਾਈਡ ਕਰਨ ਲਈ ਇਨੋਗਰੇਟ ਸੈਸ਼ਨ ਲਈ ਆਏ ਹਨ। ਨਾਲ ਅਨੀਸ ਆਦਮੀ ਜੀ ਹਨ, ਜਿਹਨਾਂ ਨੇ ਭਗਤ ਸਿੰਘ 'ਤੇ ਲਿਖਿਆ, ਇਫਟਾ ਥੀਏਟਰ ਜਿਹੜੀ ਮੂਵਮੈਂਟ ਸੀ ਉਹਦੇ ਥਰੂ ਕਾਫੀ ਨੇੜੇ ਰਹੇ ਹਨ। ਬਲਰਾਜ ਸਾਹਨੀ ਦਾ ਬਹੁਤਾ ਪਹਿਲਾ ਪਿਆਰ ਜਿਹੜਾ ਸੀਗਾ ਇੰਡੀਅਨ ਥੀਏਟਰ ਮੂਵਮੈਂਟ ਨਾਲ ਸੀਗਾ, ਇਸ ਕਰਕੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਇਸ ਤੋਂ ਬਾਅਦ ਸਾਨੂੰ ਕੀ ਨੋਟ ਐਡਰੈਸ ਦੇਣ। ਆ ਫੰਕਸ਼ਨ ਮੈਂ ਪ੍ਰੋਫੈਸਰ ਮਿਰਦੂਲਾ ਮੁਖਰਜੀ ਦੇ ਹਵਾਲੇ ਕਰਦੇ ਹਾਂ, ਅਤੇ ਨਾਲ ਸਵਰਾਜ ਵੀਰ ਨੂੰ ਕਹਿੰਦੇ ਹਾਂ ਇਹ ਇਸ ਫੰਕਸ਼ਨ ਨੂੰ ਕੰਡਕਟ ਕਰਨ। ਧੰਨਵਾਦ।
ਜਿਹੜਾ ਕਿਹਾ ਨਾ ਟੈਗੋਰ ਜੀ ਨੇ ਕਿਹਾ ਕਿ ਆਪਣੀ ਜ਼ਬਾਨ ਦੇ ਵਿੱਚ ਵੀ ਉਸ ਵਕਤ ਉਹਨਾਂ ਨੇ ਕੋਟ ਕੇ ਕਿਹਾ ਸੀ ਕਿ ਦੇਖ ਮੇਰੀ ਪੰਜਾਬੀ ਦੇ ਕਿੰਨਾ ਸੋਹਣਾ ਦੇਖਿਆ ਪੱਲਾ ਮਾਰ ਕੇ ਬੁਝਾ ਗਈ ਦੀਵਾ ਤੇ ਅੱਖ ਨਾਲ ਗੱਲ ਕਰਦੀ। ਉਹਨਾਂ ਨੇ ਕਿਹਾ ਜਿਸ ਪੰਜਾਬੀ ਦੇ ਇਹ ਚੀਜ਼ ਤੂੰ ਤੁਸੀਂ ਕਿਉਂ ਛੋੜਦਾ। ਸੋ ਬਸ ਮੈਂ ਇੱਦਾਂ ਹੀ ਜੀ ਮਿਰਦਲਾ ਜੀ ਅਨੀਸ਼ ਜੀ ਡਾਕਟਰ ਮਹਿੰਦਰ ਸਿੰਘ ਅਨੀਸ਼ ਜੀ ਡਾਕਟਰ ਵੇਲ ਸਿੰਘ ਡਾਕਟਰ ਮਹਿੰਦਰ ਸਿੰਘ ਇੱਥੇ ਆਏ ਸਾਰੇ ਸੱਜਣੋ ਦੋਸਤੋ ਜਿੱਦਾਂ ਤੁਹਾਨੂੰ ਪਤਾ ਹੈ ਕਿ ਇਹ ਬਲਰਾਜ ਸਾਹਨੀ ਹੋਣਾ ਦਾ ਜਨਮ ਦਿਹਾੜੇ ਦੀ ਜਿਹੜੀ ਸ਼ਤਾਬਦੀ ਹੈ ਉਹ ਅਸੀਂ ਮਨਾ ਰਹੇ ਹਾਂ। ਬਲਰਾਜ ਹੋਣਾ ਦਾ ਜਨਮ ਦਿਹਾੜਾ ਉੱਦਾਂ ਤਾਂ 1 ਮਈ ਨੂੰ ਹੈ ਅਤੇ ਇਹ ਪਹਿਲਾ ਸ਼ਨਿਚਰਵਾਰ ਜਿਹੜਾ ਹੈ ਉਹ ਪੈਂਦਾ ਸੀ ਉਸ ਤੋਂ ਬਾਅਦ ਅਤੇ ਇਹ ਅਸੀਂ ਸੋਚਿਆ ਕਿ ਇਹਦੇ ਨਾਲ ਇੱਕ ਜਿਹੜੀ ਹੈ ਸ਼ੁਰੂਆਤ ਉਹ ਕੀਤੀ ਜਾਏ। ਫਿਰ ਇਹ ਸਾਰੇ ਸਾਲ ਦੇ ਵਿੱਚ ਕੁਝ ਹੋਰ ਵੱਡੇ ਫੰਕਸ਼ਨ ਕਰਨ ਦਾ ਸਾਡਾ ਇਰਾਦਾ ਹੈ ਸੀ ਹੈ ਜਿਹਦੇ ਵਿੱਚ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਔਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿੱਚ ਇਹਦੇ ਉੱਤੇ ਜਿਹੜੇ ਹੈ ਸੈਮੀਨਾਰ ਅਤੇ ਹੋਰ ਫੰਕਸ਼ਨ ਜਿਹੜੇ ਆ ਉਹ ਕੀਤੇ ਜਾਣਗੇ। ਹੋਰ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਨੇ ਅੰਮ੍ਰਿਤਸਰ ਦੇ ਵਿੱਚ ਇਹਦੇ ਉੱਤੇ ਇਹ ਫੰਕਸ਼ਨ ਕਰ ਰਹੀਆਂ। ਮੈਂ ਸਿਰਫ 2 ਮਿੰਟ ਲਵਾਂਗਾ ਕਿਉਂਕਿ ਫਿਰ ਮੈਂ ਬਾਅਦ ਦੇ ਵਿੱਚ ਵੀ ਗੱਲ ਕਰ ਸਕਦਾ ਕਿਉਂਕਿ ਹੁਣ ਅਸੀਂ ਪ੍ਰਾਣ ਹੋਣਾ ਨੂੰ ਪਹਿਲਾਂ ਸੁਣਨਾ ਚਾਹਾਂਗੇ। ਇਹੋ ਹੀ ਗੱਲ ਕਿ ਬਲਰਾਜ ਸਾਹਨੀ ਹੋਣ ਦਾ ਕੀ ਮਤਲਬ ਅਤੇ ਮਹੱਤਵ ਕਿ ਕਿਉਂ ਖਿੱਚਦਾ ਬਲਰਾਜ ਸਾਹਨੀ ਸਾਨੂੰ, ਕਿਉਂ ਉਹਦਾ ਨਾਂ ਪੰਜਾਬੀਆਂ ਨੂੰ ਧੂਪ ਆਉਂਦਾ ਹੈ। ਫਿਲਮੀ ਦੁਨੀਆਂ ਦੇ ਵਿੱਚ ਬਹੁਤ ਸਾਰੇ ਪੰਜਾਬੀ ਜਿਹੜੇ ਨੇ ਹੈ ਨੇ ਅਦਾਕਾਰਾਂ 'ਚ ਪ੍ਰਿਥਵੀਰਾਜ ਕਪੂਰ ਦਲੀਪ ਕੁਮਾਰ ਤੋਂ ਲੈ ਕੇ, ਗੀਤਕਾਰਾਂ 'ਚ ਸਾਹਿਰ ਪ੍ਰੇਮ ਧਵਨ ਤੋਂ ਲੈ ਕੇ, ਗਾਉਣ ਵਾਲਿਆਂ 'ਚ KL ਸਹਿਗਲ ਰਫੀ ਨੂਰ ਜਹਾਂ ਤੋਂ ਲੈ ਕੇ, ਸੰਗੀਤਕਾਰਾਂ 'ਚ ਗੁਲਾਮ ਹੈਦਰ ਹੋਣਾ OP ਨਈਅਰ ਤੋਂ ਬੜੀ ਲੰਬੀ ਜਿਹੜੀ ਹੈ ਲਿਸਟ ਹੈ। ਪਰ ਬਲਰਾਜ ਸਾਹਨੀ ਦਾ ਨਾਂ ਕਿਉਂ ਖਿੱਚ ਪਾਉਂਦਾ ਹੈ, ਇਹ ਕੀ ਗੱਲ ਹੈ ਕਿ ਪੰਜਾਬੀ ਦਾ ਇੱਕ ਵੱਡਾ ਕਵੀ ਅਹਿਮਦ ਰਾਈ ਉਹਨਾਂ ਦੇ ਉੱਤੇ ਕਵਿਤਾ ਲਿਖਦਾ ਹੈ, ਇਹ ਕੀ ਗੱਲ ਹੈ ਕਿ ਭਾਜੀ ਗੁਰਸ਼ਰਨ ਸਿੰਘ ਜਿਹੜੇ ਪੰਜਾਬੀ ਦੇ ਜਿਹਨੇ ਪੰਜਾਬੀ ਨਾਟਕ ਨੂੰ ਪਿੰਡ ਪਿੰਡ ਲੈ ਕੇ ਗਏ ਉਹ ਆਪਣੀ ਪ੍ਰਕਾਸ਼ਨ ਦਾ ਜਿਹੜਾ ਨਾਂ ਹੈ ਉਹ ਬਲਰਾਜ ਸਾਹਨੀ ਯਾਦਗਾਰੀ ਪ੍ਰਕਾਸ਼ਨ ਰੱਖਦੇ ਹੈ। ਇਹ ਜਿਹੜੀਆਂ ਇਹ ਗੱਲਾਂ ਕਰਦਿਆਂ ਮੈਨੂੰ ਇੱਕ ਕਾਨਫਰੰਸ ਦਾ ਪੰਜਾਬੀ ਕਾਨਫਰੰਸ ਦਾ ਜ਼ਿਕਰ ਯਾਦ ਆਉਂਦਾ ਹੈ ਜਿਹੜਾ ਗੁਰਬਚਨ ਹੋਣਾ ਪਿੱਛੇ ਕੀਤਾ ਸੀ। ਤੋ ਜ਼ਿਕਰ ਕਰਦਾ ਕਰਦਾ ਲਿਖਦਾ ਹੈ ਕਿ ਉਹ ਵੇਖਦਾ ਹੈ ਕਿ ਉਹ ਕਾਨਫਰੰਸ ਹੋ ਰਹੀ ਹੈ, ਹਾਲ ਭਰ ਗਿਆ ਹੈ। ਪਹਿਲੀ ਜਿਹੜੀ ਲਾਈਨ ਹੈ ਉਹਦੇ ਵਿੱਚ ਪੰਜਾਬ ਦੇ ਮਿਨਿਸਟਰ ਪ੍ਰਤਾਪ ਸਿੰਘ ਕਹਿਰੋਂ ਹੋਣੀ, ਮੁੱਖ ਮੰਤਰੀ ਗਿਆਨੀ ਲਾਲ ਸਿੰਘ, ਭਾਸ਼ਾ ਪਾਕ ਦੇ ਡਾਇਰੈਕਟਰ ਸਾਰੇ ਬੈਠੇ ਹੈ, ਸੁਰਿੰਦਰ ਕੌਰ ਗਾ ਰਹੀ ਹੈ ਔਰ ਕਹਿੰਦਾ ਕਿ ਸੁਰਿੰਦਰ ਕੌਰ ਗਾ ਰਹੀ ਹੈ ਅਤੇ ਲਾਲ ਸਿੰਘ ਹੋਣਾ ਦੀ ਦਾੜੀ ਹਿੱਲ ਰਹੀ ਹੈ, ਬੜਾ ਮਜ਼ਾ ਆ ਰਿਹਾ ਸਾਰਿਆਂ ਨੂੰ। ਅਤੇ ਉਸ ਸ਼ਾਮ ਹੋ ਗਈ ਹੈ, 9:30 ਵੱਜ ਗਏ ਨੇ ਅਤੇ ਬਲਰਾਜ ਸਾਹਨੀ ਪਹੁੰਚਦੇ ਆ। ਅਤੇ ਜਦੋਂ ਬਲਰਾਜ ਸਾਹਨੀ ਪਹੁੰਚਦਾ ਹੈ ਅਤੇ ਸੁਰਿੰਦਰ ਕੌਰ ਹੋਣੀ ਗਾਣਾ ਬੰਦ ਕਰ ਦਿੰਦੇ ਨੇ, ਗਾਣਾ ਬੰਦ ਕਰਕੇ ਕਹਿੰਦੇ ਨੇ ਕਿ ਬਲਰਾਜ ਜੀ ਅਸੀਂ ਤੁਹਾਨੂੰ ਹੀ ਉਡੀਕ ਰਹੇ ਸੀ। ਅਤੇ ਬਲਰਾਜ ਦੀਆਂ ਅੱਖਾਂ ਭਰ ਆਉਂਦੀਆਂ ਨੇ ਅਤੇ ਬਲਰਾਜ ਲੋਕਾਂ ਨੂੰ ਜਿਹੜੇ ਬਲਰਾਜ ਸਾਹਨੀ ਹੋਣੀ ਗੱਲ ਕਰਨ ਲੱਗਦੇ ਨੇ ਅਤੇ ਬਲਰਾਜ ਸਾਹਨੀ ਹੋਣੀ ਕਹਿੰਦੇ ਨੇ ਜਿਹੜਾ ਪਹਿਲਾ ਵਾਕ ਕਹਿੰਦੇ ਨੇ ਕਿ ਪੰਜਾਬੀਓ ਅੱਜ ਮੈਂ ਬੜਾ ਖੁਸ਼। ਅਤੇ ਇਹ ਗੱਲਾਂ ਜਿਹੜੀਆਂ ਨੇ ਇਹ ਕਿਉਂ ਨੇ, ਉਹ ਇਸ ਕਰਕੇ ਨੇ ਕਿ ਜੇ ਮੇਰਾ ਖਿਆਲ ਇਹ ਗੱਲ ਤਾਂ ਸਮਝ ਆਉਂਦੀ ਹੈ ਜੇ ਅਸੀਂ ਬਲਰਾਜ ਸਾਹਨੀ ਦਾ ਪਾਕਿਸਤਾਨੀ ਜਿਹੜਾ ਸਫ਼ਰਨਾਮਾ ਹੈ ਜੇ ਉਹਨੂੰ ਪੜ੍ਹੀਏ
ਜਦੋਂ ਅਸੀਂ ਬਲਰਾਜ ਸਾਹਨੀ ਹੁਣਾਂ ਦਾ ਪਾਕਿਸਤਾਨ ਦਾ ਸਫ਼ਰਨਾਮਾ ਪੜ੍ਹਦੇ ਹਾਂ ਤਾਂ ਉਹ ਉਸ ਵੇਲੇ ਉਹ ਵੇਲਿਆਂ ਦੀ ਵੀ ਗੱਲ ਕਰਦੇ ਨੇ ਜਿਹੜੇ ਉਹਨਾਂ ਨੇ ਵੇਲੇ ਵੰਡ ਵਾਲੇ ਵੇਖੇ, ਜਿਹੜਾ ਉਹਨਾਂ ਵੇਲਿਆਂ ਭੈ ਸਹਿਮ ਡਰ ਮਾਰ ਕੱਟ ਸਭ ਕੁਛ ਵੇਖਿਆ, ਪਰ ਨਾਲ ਨਾਲ ਉਹ ਸਾਂਝੇ ਪੰਜਾਬ ਦੀ ਅਜੇ ਵੀ ਗਵਾਹੀ ਭਰਦੇ ਨੇ। ਔਰ ਪੰਜਾਬ ਵਿੱਚ ਅਤੇ ਪੰਜਾਬ ਦੀ ਉਸ ਬੰਦੇ ਦੀ ਹੋਣੇ ਦੀ ਦਿਖਾਉਣ ਦੀ ਗਵਾਹੀ ਭਰਦੇ ਆ। ਉਹਨਾਂ ਦਾ ਰੋਮ ਪਲ ਪਲ ਲੋਚਦਾ ਹੈ ਕਿ ਪੰਜਾਬੀ ਇੱਦਾਂ ਦੇ ਹੋਣ, ਪੰਜਾਬੀ ਉੱਦਾਂ ਦੇ ਹੋਣ। ਉਹ ਵੰਡ ਦੇ ਵੇਲਿਆਂ ਦਾ ਜਿਹੜਾ ਹਾਰਰ ਹੈ ਉਹਨੂੰ ਨਕਾਰਦੇ ਨਹੀਂ ਗੇ, ਉਹਨੂੰ ਉਹ ਨਹੀਂ ਕਹਿੰਦੇ ਕਿ ਇਹ ਨਹੀਂ ਹੋਇਆ ਜਾਂ ਇੱਦਾਂ ਨਹੀਂ ਹੋਇਆ, ਉਹਨੂੰ ਨਾਲ ਲੈ ਕੇ ਉਹ ਪੰਜਾਬ ਦੀ ਸਾਂਝੀਵਾਲਤਾ ਦੇ ਹੱਕ ਦੇ ਵਿੱਚ ਖਲੋਂਦੇ ਨੇ, ਪੰਜਾਬ ਜਾਂਦੇ ਨੇ। ਜਦੋਂ ਪੰਜਾਬ ਜਾਂਦੇ ਨੇ ਤਾਂ ਉਹ ਪ੍ਰੀਤਨਗਰ ਟੁੱਡੀ ਕੇ ਅੰਮ੍ਰਿਤਸਰ ਉਹਨਾਂ ਦੇ ਡੈਸਟੀਨੇਸ਼ਨ ਹੈ। ਗੁਰਬਖਸ਼ ਸਿੰਘ ਪ੍ਰੀ ਲੜੀ, ਨਵਤੇਜ ਸਿੰਘ ਟੁੱਡੀ ਕੇ, ਜਸਵੰਤ ਸਿੰਘ ਕੰਵਲ ਬਟਾਲੇ, ਸ਼ਿਵ ਕੁਮਾਰ ਅੰਮ੍ਰਿਤਸਰ ਸਾਡੇ 'ਚ ਬੈਠੇ ਆ, ਪਰਮਿੰਦਰਜੀਤ, ਗੁਲ ਚੌਹਾਨ, ਮੁਖਤਿਆਰ ਗਿੱਲ, ਨਵੀਂ ਪੀੜ੍ਹੀ ਦੇ ਬਹੁਤ ਸਾਰੇ ਲੋਕ, ਨਾ ਸਿਰਫ ਪਹਿਲੀਆਂ ਪੀੜ੍ਹੀਆਂ ਦੇ ਲੋਕ, ਨਵੀਂ ਪੀੜ੍ਹੀ ਦੇ ਜਿਹੜੇ ਵੀ ਲੋਕ ਉਹਨਾਂ ਨੂੰ ਮਿਲਦੇ ਨੇ। ਸਭ ਤੋਂ ਵੱਡੀ ਅੰਮ੍ਰਿਤਸਰ ਦੇ ਇੱਕ ਬੜਾ ਉੱਥੇ ਮਸ਼ਹੂਰ ਹੈ ਡਾਇਰੈਕਟਰ, ਜੇ ਉਹਨੂੰ ਕਹਿੰਦੇ ਸੀ ਇੱਕ ਅਖਬਾਰਾਂ ਵੇਚਣ ਵਾਲਾ, ਉਹਦੇ ਲਾਗੇ ਚਾਹ ਦੀ ਦੁਕਾਨ ਸੀ, ਕਹਿੰਦੇ ਮੈਨੂੰ ਉਸ ਚਾਹ ਵਾਲੀ ਦੁਕਾਨ 'ਤੇ ਯਾਰ ਜਿਹੜੀ ਹੈ ਮੈਨੂੰ 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 ਚਾਹ ਪਿਆ ਕੇ ਲਿਆਓ। ਇਹ ਇਸ ਕਰਕੇ ਇਹ ਸਾਰੀਆਂ ਗੱਲਾਂ ਮੈਂ ਬਹੁਤ ਸਾਰੀਆਂ ਗੱਲਾਂ ਕਰ ਸਕਦਾ, ਕਿਉਂਕਿ ਜਿੱਦਾਂ ਮੈਂ ਅੰਮ੍ਰਿਤਸਰ ਗੱਲਾਂ ਕਰ ਰਿਹਾ ਸੀ ਅਤੇ ਸਾਡੀ ਨਾਟਕ ਦੀ ਅਦਾਕਾਰਾ ਇੱਕ ਹੈ ਨੇ ਜਤਿੰਦਰ ਕੌਰ ਹੋਣੀ, ਬਹੁਤ ਸਾਰੇ ਨਾਟਕਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ, ਅਤੇ ਮੈਂ ਉਹਨਾਂ ਨੂੰ ਕਿਹਾ ਕਿ ਭੈਣ ਜੀ ਤੁਸੀਂ ਆਓ ਅਤੇ ਬੋਲੋ। ਕਹਿੰਦੀ ਨਹੀਂ ਮੈਂ ਨਹੀਂ ਬੋਲਣਾ, ਮੇਰੇ ਕੋਲ ਬੋਲਿਆ ਨਹੀਂ ਜਾਣਾ, ਮੈਂ ਬਲਰਾਜ ਹੁਣ ਬਾਰੇ ਬੋਲਿਆ, ਮੈਂ ਇੰਨਾ ਕੁਛ ਉਹਨਾਂ ਨਾਲ ਯਾਦ ਹੈ। ਮੈਂ ਉਸ ਤੋਂ ਪਹਿਲਾਂ ਰੋਲ ਨਾਟਕ ਕਰਦੀ ਹੁੰਦੀ ਸਾਂ ਕਣਕ ਦੀ ਬੱਲੀ, ਉਹ 'ਚ ਮੈਂ ਤਾਬਾਂ ਦਾ ਰੋਲ ਕਰਦੀ ਹੁੰਦੀ ਸਾਂ, ਅਤੇ ਬਲਰਾਜ ਨੇ ਹੁਣਾਂ ਨੇ ਕਹਿਣਾ ਤੂੰ ਕੁੜੀਏ ਸਾਰੀਆਂ ਤਾੜੀਆਂ ਤਾਂ ਤੂੰ ਉਜਵਾਲੀਆਂ ਨੇ, ਹੁਣ ਮੈਂ ਉੱਪਰਲੀ ਮੰਜ਼ਿਲ ਜਿਹੜੀ ਹੈ ਖੇਡਾਂਗਾ ਅਤੇ ਕਿਸੇ ਨੇ ਤਾੜੀਆਂ ਨਹੀਂ ਮਾਰਨੀਆਂ। ਅਤੇ ਬਲਰਾਜ ਹੁਣੀ ਨਾਟਕ ਕਰਦੇ ਨੇ ਪੰਜਾਬੀ ਦਾ, ਉੱਪਰਲੀ ਮੰਜ਼ਿਲ ਕਰਤਾਰ ਸਿੰਘ ਦੁੱਗਲ ਹੋਣਾ ਦਾ, ਥਾਂ ਥਾਂ 'ਤੇ ਜਾ ਕੇ ਕਰਦੇ ਨੇ, ਦੂਜੇ ਨਾਟਕ ਕਰਦੇ ਨੇ, ਉੱਥੇ ਮੁੰਬਈ 'ਚ ਕਰਦੇ ਨੇ। ਅਤੇ ਇਸ ਕਰਕੇ ਹੈ ਬਲਰਾਜ ਹੁਣੀ ਜਿਹੜੇ ਹੈ ਉਹ ਸਾਨੂੰ ਸਾਰਿਆਂ ਨੂੰ ਪਿਆਰੇ ਨੇ। ਮੈਂ ਇੱਕ ਦੋ ਮਿੰਟ ਤੁਹਾਡੇ ਕੋਲ ਹੋਰ ਲੈ ਲਵਾਂਗਾ, ਮੈਂ ਅਹਿਮਦ ਰਾਈ ਹੋਰਾਂ ਦੀ ਉਹ ਕਵਿਤਾ ਜਿਹੜੀ ਉਹਨਾਂ ਬਲਰਾਜ ਸਾਹਨੀ ਬਾਰੇ ਲਿਖੀ ਉਹ ਮੈਂ ਜ਼ਰੂਰ ਪੜ੍ਹਨੀ ਚਾਹਾਂਗਾ। ਇਹ ਅਹਿਮਦ ਰਾਈ ਨੇ ਕਵਿਤਾ 26 ਅਕਤੂਬਰ 1962 ਰਾਤ ਦੇ 11 ਵਜੇ ਲਿਖ ਕੇ ਅਤੇ ਉਹਨਾਂ ਨੂੰ ਪੋਸਟ ਕੀਤੀ। ਜਦੋਂ ਬਲਰਾਜ ਹੁਣੀ ਪਾਕਿਸਤਾਨ ਗਏ ਅਤੇ ਉੱਥੋਂ ਹੋ ਕੇ ਆਏ ਸੀ। ਤੇਰੇ ਲਈ ਇਹ ਪਰਦੇਸ ਦੇਸ਼ ਮੇਰਾ, ਮੇਰੇ ਲਈ ਇਹ ਪਰਦੇਸ ਦੇਸ਼ ਤੇਰਾ, ਚਿੱਟ ਵੇਸੀਆ ਜੋਗੀਆ ਵਸਦਾ ਰਹਿ, ਇੱਥੇ ਤੇਰਾ ਡੇਰਾ ਉੱਥੇ ਮੇਰਾ ਡੇਰਾ। ਤੇਰੇ ਲਈ ਇਹ ਪਰਦੇਸ ਦੇਸ਼ ਮੇਰਾ, ਮੇਰੇ ਲਈ ਇਹ ਪਰਦੇਸ ਦੇਸ਼ ਤੇਰਾ, ਚਿੱਟ ਵੇਸੀਆ ਜੋਗੀਆ ਵਸਦਾ ਰਹਿ, ਇੱਥੇ ਤੇਰਾ ਡੇਰਾ ਉੱਥੇ ਮੇਰਾ ਡੇਰਾ। ਨੀਰ ਡੁੱਲਦੇ ਜੱਗ ਨੇ ਲੱਖ ਵੇਖੇ, ਨੀਰ ਡੁੱਲਦੇ ਜੱਗ ਨੇ ਲੱਖ ਵੇਖੇ, ਮੈਂ ਉਹ ਨੀਰ ਵੇਖੇ ਜਿਹੜੇ ਡੁੱਲੇ ਵੀ ਨਾ, ਨੀਰ ਡੁੱਲਦੇ ਜੱਗ ਨੇ ਲੱਖ ਵੇਖੇ, ਮੈਂ ਉਹ ਨੀਰ ਵੇਖੇ ਜਿਹੜੇ ਡੁੱਲੇ ਵੀ ਨਾ, ਭਾਵੇਂ ਇਹਨਾਂ ਦਾ ਕਿਸੇ ਨਾ ਮੁੱਲ ਪਾਇਆ, ਮੋਤੀ ਅੱਖੀਆਂ ਦੇ ਅਨਮੁੱਲੇ ਵੀ ਨਾ, ਕਿਹੜੀਆਂ ਯਾਦਾਂ ਦੇ ਕੈਦ ਵਿੱਚ ਬੰਦ ਹੋਏ ਉਹ ਦਿਲ ਕੈਦੀ ਕਦੇ ਖੁੱਲ੍ਹੇ ਵੀ ਨਾ, ਕਿਹੜੀਆਂ ਯਾਦਾਂ ਦੀ ਕੈਦ ਵਿੱਚ ਬੰਦ ਹੋਏ ਉਹ ਦਿਲ ਕੈਦੀ ਕਦੇ ਖੁੱਲ੍ਹੇ ਵੀ ਨਾ, ਜਿਹੜੇ ਸਮੇਂ ਹਵਾਵਾਂ ਦੇ ਨਾਲ ਉੱਡੇ ਅਸਾਂ ਲੱਖ ਭੁਲਾਏ ਉਹ ਭੁੱਲੇ ਵੀ ਨਾ। ਤੂੰ ਹੈ ਦੇਸ਼ ਗਿਉਂ, ਤੂੰ ਹੈ ਦੇਸ਼ ਗਿਉਂ ਕਿ ਤੂੰ ਗਿਉਂ ਦੇਸੋਂ, ਤੂੰ ਹੈ ਦੇਸ਼ ਗਿਉਂ ਕਿ ਗਿਉਂ ਦੇਸੋਂ, ਗਿਉਂ ਜਦੋਂ ਦਾ ਇਹੋ ਹੈ ਸੋਚ ਮੈਨੂੰ, ਜਿਹੜੀ ਸੋਚ ਨੇ ਖੱਸ ਲਈ ਨੀਂਦ ਮੇਰੀ, ਜੀਨ ਦੇਵਸੀ ਕਦੋਂ ਉਹ ਸੋਚ ਤੈਨੂੰ। ਤੂੰ ਹੈ ਦੇਸ਼ ਗਿਉਂ ਕਿ ਤੂੰ ਗਿਉਂ ਦੇਸੋਂ, ਗਿਉਂ ਜਦੋਂ ਦਾ ਇਹੋ ਹੈ ਸੋਚ ਮੈਨੂੰ, ਜਿਹੜੀ ਸੋਚ ਨੇ ਖੱਸ ਲਈ ਨੀਂਦ ਮੇਰੀ, ਜੀਨ ਦੇਵਸੀ ਕਦੋਂ ਉਹ ਸੋਚ ਤੈਨੂੰ। ਬੇੜੀ ਅਸਾਂ ਦੀ ਅੱਧ ਦਰਿਆ ਡੁੱਬੀ,
ਬੇੜੀ ਅਸਾਂ ਦੀ ਅੱਧ ਦਰਿਆ ਡੁੱਬੀ, ਕੋਈ ਡੁੱਬ ਗਏ ਕੋਈ ਤਰੇ ਵੀ ਨਾ, ਮੇਰੀ ਪੀਠ ਦੇ ਅਜਲੀ ਸਾਂਝੀਆ ਹੋਏ, ਤੇਰੇ ਜ਼ਖਮ ਹਰੇ ਮੇਰੇ ਭਰੇ ਵੀ ਨਾ, ਮੇਰੇ ਦੇਸ਼ ਵਸਿੰਦੇ ਪਰਦੇਸੀਆ ਹੋਏ, ਜਿਹੜਾ ਦਰਦ ਮੇਰਾ ਉਹ ਦਰਦ ਤੇਰਾ, ਮੇਰੇ ਦੇਸ਼ ਵਸਿੰਦੇ ਪਰਦੇਸੀਆ ਹੋਏ, ਜਿਹੜਾ ਦਰਦ ਮੇਰਾ ਉਹੀ ਦਰਦ ਤੇਰਾ, ਇੱਥੋਂ ਜਾਂਦਿਆਂ ਚੀਕੀ ਸੀ ਰੂਹ ਤੇਰੀ, ਉੱਥੋਂ ਆਉਂਦਿਆਂ ਰੋਇਆ ਸੀ ਦਿਲ ਮੇਰਾ, ਇਹਦੋਂ ਵੱਧ ਕੇ ਹੋਰ ਕੀ ਦੁੱਖ ਹੋ ਸੀ, ਤੇਰੀ ਅੱਖ ਇੱਥੇ ਮੇਰੀ ਅੱਖ ਉੱਥੇ, ਇਦੋਂ ਵੱਧ ਕੇ ਹੋਰ ਕੀ ਦੁੱਖ ਹੋ ਸੀ, ਤੇਰੀ ਅੱਖ ਇੱਥੇ ਮੇਰੀ ਅੱਖ ਉੱਥੇ, ਟੁੱਟੇ ਦਿਲਾਂ ਦਾ ਕੀ ਸ਼ੁਮਾਰ ਕਰੀਏ, ਕਈ ਲੱਖ ਇੱਥੇ ਕਈ ਲੱਖ ਉੱਥੇ, ਇਹੋ ਜਿਹਾ ਉਜਾੜਿਆ ਆਲਣਾ ਨੇ, ਕਈ ਕੱਖ ਇੱਥੇ ਕੋਈ ਕੱਖ ਇੱਥੇ। ਇਹ ਸਾਂਝੇ ਪੰਜਾਬ ਦੀ ਕਵਿਤਾ ਸੀ ਜਿਹੜੀ ਅਹਿਮਦ ਰਾਈ ਹੋਣਾ ਨੇ ਬਲਾਚਿਸਤਾਨੀ ਹੋਣਾ ਦੇ ਲਈ ਲਿਖੀ। ਅਤੇ ਮੈਂ ਇੱਕ ਜਿਹੜੀ ਹੈ ਗੱਲ ਦੀ ਕਹਿਣਾ ਚਾਹਾਂਗਾ, ਸਾਡੇ ਬਹੁਤ ਪਿਆਰੇ ਦੋਸਤ ਅਮਰਜੀਤ ਚੰਦਨ ਨੇ ਜਿਹੜੇ ਲੰਡਨ 'ਚ ਰਹਿੰਦੇ ਨੇ, ਉਹਨਾਂ ਨੇ ਸਾਨੂੰ ਵਾਰ ਵਾਰ ਕਿਹਾ ਕਿ ਇਹ ਫੰਕਸ਼ਨ ਕਰਨਾ ਹੈ, ਥਾਂ ਥਾਂ 'ਤੇ ਕਰਨਾ ਹੈ, ਇਹ ਜਿਹੜੀ ਸ਼ਤਾਬਦੀ ਹੈ ਮਨਾਉਣੀ ਹੈ। ਇਹ ਫੋਟੋ ਵੀ ਉਹਨਾਂ ਨੇ ਭੇਜੀ, ਅਤੇ ਇਹ ਫੋਟੋ ਭਾਵੇਂ ਪੀ ਸੀ ਜੋਸ਼ੀ ਆਰਕਾਈਵ ਦੇ ਵਿੱਚੋਂ ਹੈ, ਇਹ ਬਲਾਚਿਸਤਾਨੀ ਹੋਣਾ ਦੀ ਫੋਟੋ, ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦੀ ਹਾਂ, ਪੰਜਾਬੀ ਅਕੈਡਮੀ ਦਾ ਮੈਂ ਬਹੁਤ ਧੰਨਵਾਦੀ ਹਾਂ, ਔਰ ਭਾਈ ਵੀਰ ਸਿੰਘ ਸਦਨ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਸਾਰੇ ਫੰਕਸ਼ਨ ਨੂੰ ਜਿਹੜਾ ਉਹਨੂੰ ਮੁਮਕਿਨ ਬਣਾਇਆ। ਬਹੁਤ ਬਹੁਤ ਧੰਨਵਾਦ। ਇੱਕ ਫੁੱਲਾਂ ਦੇ ਗੁਲਦਸਤੇ ਨਾਲ ਅਸੀਂ ਸਵਾਗਤ ਕਰਾਂਗੇ ਪ੍ਰਾਨੇਬਲ ਦਾ, ਨੀਨਾ ਜੀ ਨੂੰ ਰਿਕੁਐਸਟ ਕਰਾਂਗੇ ਸਦਨ ਵੱਲੋਂ ਉਹਨਾਂ ਨੂੰ ਮੌਕੇ ਦੇਣ। ਪੰਜਾਬੀ ਅਕੈਡਮੀ ਦੇ ਡਾਕਟਰ ਰਵੇਰ ਸਿੰਘ ਨੂੰ ਬੇਨਤੀ ਕਰਾਂਗੇ ਕਿ ਪ੍ਰੋਫੈਸਰ ਮ੍ਰਿਦੁਲਾ ਮੁਖਰਜੀ ਨੂੰ ਇੱਕ ਮੌਕੇ ਨਾਲ ਸਵਾਗਤ ਕਰਨ। She happens to be my professor's daughter. I didn't know this. 70 years ago, I was in Government College when Professor Lakhpal Sethi was teaching us political science. Thank you. Dr. Vail Singh. Professor Mirdula Mukherjee. Dr. Savraj Bir. Anis Azmi Ji. No, no. No. Now you can have your normal one. Best barman bhi aaye ha ਬਾਲਨੰਦ ਸਰ ਸਾਡੇ ਡਿਪਲੋਮੈਟ ਇੱਥੇ ਆਏ ਨੇ, ਇਹਨਾਂ ਦਾ ਸਵਾਗਤ ਹੈ। ਸਾਰੇ ਬਹੁਤ ਸਾਰੇ ਸੱਜਣ ਆਏ ਨੇ, ਮੈਂ ਸਾਰਿਆਂ ਦਾ ਨਾਂ ਬਾਅਦ 'ਚ ਲਵਾਂਗਾ। ਸਭ ਤੋਂ ਪਹਿਲਾਂ ਹੁਣ ਬੇਨਤੀ ਹੈ ਪ੍ਰਾਨ ਨਿਵਲੇ ਹੋਣਾ ਨੂੰ ਕਿ ਉਹ ਆਪਣਾ ਇਨਾਗੁਰਲ ਐਡਰੈਸ ਕਰਨ, ਪੰਜਾਬੀ ਅੰਗਰੇਜ਼ੀ ਜਿੱਦਾਂ ਉਹਨਾਂ ਦਾ ਮਨ ਕਰਦਾ ਹੋਏ। ਲਾਹੌਰ ਕਿਤਾਬ ਜਿਹੜੀ ਹੈ ਪ੍ਰਾਨ ਨਿਵਲੇ ਹੋਣਾ ਦੀ, ਮੇਰਾ ਖਿਆਲ 4-5 ਐਡੀਸ਼ਨ ਛਪ ਚੁੱਕੇ ਹੈ, ਇੰਨੀ ਖੂਬਸੂਰਤ ਔਰ ਵਧੀਆ ਕਿਤਾਬ ਹੈ ਪੜ੍ਹਨ ਵਾਲੀ ਕਿ ਮੈਂ 2 ਵਾਰੀ ਮੁੱਲ ਲਿਆਂਦੀ ਹੈ ਅਤੇ 2ਵੇਂ ਵਾਰੀ ਜੋ ਜਿਹੜਾ ਲੈ ਕੇ ਗਿਆ ਵਾਪਸ ਨਹੀਂ ਕਰਦਾ। ਔਰ ਖਾਸ ਕਰਕੇ ਬੜੀ ਵੱਡੀ ਗੱਲ ਹੈ, ਉਹਦੇ ਅਖੀਰ ਦੇ ਵਿੱਚ ਰੋਮਨ ਲੈਂਗੁਏਜ ਦੇ ਵਿੱਚ ਪੁਰਾਣੇ ਪੰਜਾਬੀ ਗੀਤ ਦਿੱਤੇ ਨੇ, ਅਤੇ ਜਿਹੜੇ ਲੋਕ ਲੈ ਕੇ ਗਏ ਕਹਿੰਦੇ ਯਾਰ ਉਹ ਅਖੀਰਲਾ ਹਿੱਸਾ ਬਹੁਤ ਵਧੀਆ ਹੈ। ਅਤੇ ਪ੍ਰਾਨ ਜੀ ਬਿਲਕੁਲ ਆਓ ਅਤੇ ਜਾਂ ਜਿੱਥੋਂ ਇੱਥੋਂ ਵੀ। ਥੈਂਕ ਯੂ ਵੈਰੀ ਮੱਚ। I am very grateful to, of course, ਪਿੱਛੋਂ ਮੈਂ ਪੰਜਾਬੀ ਮਿਲੀ ਜੁਲੀ ਬੋਲਾਂਗਾ, ਪਰ ਹੁਣ ਜੋ ਕੁਛ ਖਿਆਲ ਸੀ ਉਹ ਨਹੀਂ, ਕੁਛ ਹੋਰ ਹੀ ਬੋਲਾਂਗਾ। ਐਨੀਵੇ, ਆਈ ਐਮ ਗ੍ਰੇਟਫੁਲ ਟੂ ਆਪਣਾ ਸਾਹਿਤ ਸਦਨ ਐਂਡ ਪੰਜਾਬੀ ਅਕੈਡਮੀ
ਜਿਨ੍ਹਾਂ ਨੇ ਮੈਨੂੰ ਬੁਲਾ ਕੇ ਔਨਰ ਕੀਤਾ, ਔਰ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਹੈ ਕਿ ਸਾਡੇ ਐਮੀਨੈਂਟ ਪੰਜਾਬੀ ਪਰਸਨੈਲਿਟੀਜ਼ ਨੂੰ ਇਹਨਾਂ ਨੇ ਯਾਦ ਕੀਤਾ, ਐਂਡ ਸਪੈਸ਼ਲੀ ਬਲਰਾਜ ਸਾਹਨੀ। ਆਈ ਬਿਲੋਂਗ ਟੂ ਹਿਸ ਜਨਰੇਸ਼ਨ, ਕਿਉਂਕਿ ਗਵਰਨਮੈਂਟ ਕਾਲਜ ਲਾਹੌਰ 'ਚ ਉਹ ਪੜ੍ਹੇ, ਗਵਰਨਮੈਂਟ ਕਾਲਜ ਲਾਹੌਰ 'ਚ ਮੈਂ ਪੜ੍ਹਿਆ। 7-8 ਸਾਲ ਉਮਰ ਦਾ ਫਰਕ ਹੋਏ, ਦੈਟਸ ਆਲ, ਜ਼ਿਆਦਾ ਨਹੀਂ ਹੈਗਾ। 10 ਸਾਲ ਦਾ ਹੋਏਗਾ ਜ਼ਿਆਦਾ ਜ਼ਿਆਦਾ। ਆਈ ਥਿੰਕ ਇਹ ਸਾਰੀ ਜਿੰਨੇ ਬੈਠੇ ਹੋ ਤੁਸੀਂ, ਮੈਂ ਉਮਰ 'ਚ ਆਈ ਐਮ ਦਾ ਸੀਨੀਅਰ ਮੋਸਟ, ਆਈ ਹੈਵ ਜਸਟ ਕਰੋਸਡ 90, ਐਂਡ ਇਹ ਮੇਰਾ ਚੌਥਾ ਕਰੀਅਰ ਹੈ ਲਾਈਫ ਦੇ ਵਿੱਚ ਐਜ ਏ ਰਾਈਟਰ, ਫਿਰ ਦੱਸਾਂਗਾ ਹੋਰ। ਬਟ ਪਹਿਲਾਂ, ਸਭ ਤੋਂ ਪਹਿਲਾਂ ਬਲਰਾਜ ਸਾਹਨੀ, ਮੈਂ ਉਹਨਾਂ ਦੀ ਮੌਕਾ ਨਹੀਂ ਮਿਲਿਆ ਮਿਲਣ ਉਹਨਾਂ ਨੂੰ ਮਿਲਣ ਦਾ, ਲੇਕਿਨ ਉਹਨਾਂ ਦੇ ਲਾਈਫ ਦੇ ਬਾਰੇ 'ਚ, ਉਹਨਾਂ ਦੀਆਂ ਫਿਲਮਾਂ ਦਾ ਮੈਨੂੰ ਪੂਰੀ ਤਰ੍ਹਾਂ ਮੈਂ ਜਾਣਕਾਰੀ ਰੱਖਦਾ। ਔਰ ਭੀਸ਼ਮ ਸਾਹਨੀ ਨਾਲ ਮੇਰਾ ਮੁਲਾਕਾਤ ਬੜੀ ਅੱਛੀ ਸੀ, ਕਿਉਂਕਿ ਮੈਂ ਜਦੋਂ ਹਿੰਦੁਸਤਾਨ ਵਾਪਸ ਆ ਕੇ ਆਪਣੇ ਐਨਸੈਸਟਰਲ ਹਾਊਸ ਪਟੇਲ ਨਗਰ 'ਚ, ਈਸਟ ਪਟੇਲ ਨਗਰ 'ਚ ਰਹਿੰਦਾ ਸੀ, ਉਹ ਮੇਰੇ ਬਿਲਕੁਲ ਗੁਆਂਢ 'ਚ ਰਹਿੰਦੇ ਸੀ, ਅਤੇ ਮੈਂ ਜਦੋਂ ਲਾਹੌਰ ਦੀ ਕਿਤਾਬ ਮੇਰੀ 1992 'ਚ ਛਪੀ, ਪਹਿਲੀ ਕਾਪੀ ਮੈਂ ਭੀਸ਼ਮ ਸਾਹਨੀ ਕੋਲ ਲੈ ਕੇ ਆਇਆ। ਮੈਂ ਕਹੀ ਤੁਸੀਂ ਮੇਰੇ ਸੀਨੀਅਰ ਹੋ, ਤੁਸੀਂ ਲਾਹੌਰ ਦੇ ਆਪਣਾ ਉੱਥੇ ਪੜ੍ਹੇ ਹੋਏ ਕਾਲਜ ਦੇ ਵਿੱਚ, ਔਰ ਹੀ ਵਾਜ਼ ਸੋ ਨਾਈਸ ਵਿਦ ਮੀ ਵਿਚ ਕੰਟੀਨਿਊਡ ਟਿਲ ਇਜ਼ ਐਂਡ, ਕਿਉਂਕਿ ਆਫਟਰ ਦੈਟ ਇੰਟਰਨੈਸ਼ਨਲ ਸੈਂਟਰ 'ਚ ਉਹਨਾਂ ਨਾਲ ਕਾਫੀ ਮੁਲਾਕਾਤ ਹੁੰਦੀ ਸੀ। ਇਹੋ ਜਿਹੇ ਜੈਂਟਲ, ਮੋਡੈਸਟ, ਕੁਆਇਟ ਆਦਮੀ, ਔਰ ਇੰਨੇ ਭਾਰੀ ਰਾਈਟਰ, ਅਤੇ ਮੈਨੂੰ ਹਮੇਸ਼ਾ ਯਾਦ ਆਉਂਦੇ। ਔਰ ਦੂਸਰੀ ਰਹੀ ਬਲਰਾਜ ਸਾਹਨੀ ਉਹਨਾਂ ਦੀ ਗੱਲ, ਉਹਨਾਂ ਦੀ ਤਾਂ ਖੈਰ ਉਹ ਨੋਟ ਓਨਲੀ ਕਿ ਬੜੇ ਭਾਰੀ ਰਾਈਟਰ ਰਹੇ ਹੈ, ਬਟ ਆਲਸੋ ਥੀਏਟਰ ਪਰਸਨੈਲਿਟੀ, ਔਰ ਆਲਸੋ ਉਹ ਫਰੀਡਮ ਮੂਵਮੈਂਟ 'ਚ ਵੀ ਉਹਨਾਂ ਨੇ ਕਾਫੀ ਸ਼ਰੀਕ ਰਹੇ, ਔਰ ਕਮਿਊਨਿਸਟ ਉਹਨਾਂ ਦਿਨਾਂ ਦਾ ਮਾਹੌਲ ਐਸਾ ਸੀ ਕਿ ਯੰਗ ਇੰਟਲੈਕਚੁਅਲ ਜਿਹੜੇ ਸੀ ਸਾਰੇ ਕਮਿਊਨਿਜ਼ਮ ਦਾ ਬੜਾ ਪ੍ਰਭਾਵ ਸੀ, ਉਹ ਕਮਿਊਨਿਸਟ ਪਾਰਟੀ ਨਾਲ ਉਹ ਬੜਾ ਤਾਲੁਕ ਰੱਖਿਆ। ਫਿਰ IPTA ਉੱਥੇ ਬੰਬਈ ਜਾ ਕੇ ਵੀ ਉਹਨਾਂ ਨੇ ਕੀਤਾ, ਔਰ ਖਵਾਜਾ ਅਬਾਸ ਦੀ ਜਿਹੜੀ ਪਿਕਚਰ ਸੀ ਧਰਤੀ ਕੇ ਲਾਲ 46 'ਚ ਆਈ ਸੀ, ਜਿਹੜੀ ਮੈਂ ਦੇਖੀ ਵੀ ਹੋਈ ਹੈ, ਉਹਦੇ 'ਚ ਉਹਨਾਂ ਨੇ ਕੰਮ ਵੀ ਕੀਤਾ। ਐਨੇ ਉਹ ਗੱਲਾਂ ਬਾਅਦ 'ਚ, ਪਹਿਲਾਂ ਤੁਸੀਂ ਜਿਹੜੀ ਪੰਜਾਬੀ ਦੀ ਗੱਲ ਕੀਤੀ ਹੈ, ਉਹ ਮੈਂ ਉਹਦੇ 'ਤੇ ਕੁਛ ਦੱਸਣਾ ਚਾਹੁੰਦਾ। 2 ਮਹੀਨੇ ਪਹਿਲਾਂ ਮੈਨੂੰ ਬੁਲਾਇਆ ਸੀ ਲਾਹੌਰ ਲਿਟਰੇਰੀ ਫੈਸਟੀਵਲ 'ਤੇ, ਅਤੇ ਪਹਿਲਾ ਲਿਟਰੇਰੀ ਫੈਸਟੀਵਲ ਲਾਹੌਰ 'ਚ ਹੋਇਆ, ਕਰਾਚੀ 'ਚ ਉਹਨਾਂ ਨੇ 4-5 ਸਾਲ ਤੋਂ ਸ਼ੁਰੂ ਕੀਤਾ ਸੀ, ਪਰ ਲਾਹੌਰ 'ਚ ਉਹਨਾਂ ਨੇ ਪਹਿਲੀ ਵਾਰੀ ਕੀਤਾ। ਔਰ ਉਹਨਾਂ ਦਾ ਮੇਨ ਥੀਮ ਸੀ ਲਾਹੌਰ ਇਨ ਲਿਟਰੇਚਰ, ਅਤੇ ਨੈਚੁਰਲੀ ਉਹਨਾਂ ਨੇ ਮੈਨੂੰ ਬੁਲਾਇਆ, ਆਈ ਵਾਜ਼ ਦੇਅਰ ਗੈਸਟ, ਇਹ ਟਿਕਟ ਭੇਜੀ। ਇੱਕ ਬੈਪਸੀ ਸਿੱਧਵਾ, ਬੜੀ ਫੇਮਸ ਰਾਈਟਰ, ਅਸੀਂ 2 ਜਾਣੇ ਸੀ ਉੱਥੇ ਸਟੇਜ ਦੇ ਉੱਤੇ, ਔਰ ਤੁਸੀਂ ਹੈਰਾਨ ਹੋ ਜਾਓਗੇ ਕਿ ਸਾਰਾ ਹਾਲ 2-3 ਹਜ਼ਾਰ ਬੰਦੇ ਨਾਲ ਪੈਕਡ ਸੀ ਬਿਲਕੁਲ। ਉਹਦੇ ਬਾਅਦ ਵੀ ਇੰਨੀ ਉਹਨਾਂ ਨੂੰ ਉਤਸੁਕਤਾ ਕਿ pre-47 ਲਾਹੌਰ ਚੀਜ਼ ਕੀ ਸੀ, ਉਹਨਾਂ ਨੂੰ ਵਿਚਾਰਿਆਂ ਨੂੰ ਕੁਛ ਨਹੀਂ ਪਤਾ ਕਿ 47 ਤੋਂ ਪਹਿਲਾਂ ਕੀ ਹੁੰਦਾ ਸੀ ਕੀ ਨਹੀਂ ਹੁੰਦਾ ਸੀ। ਇਸੇ ਕਰਕੇ ਜਿਹੜੀ ਮੇਰੀ ਕਿਤਾਬ ਲਾਹੌਰ ਦੀ ਹੈ, ਜਦੋਂ 1992 ਛਪੀ, ਉਹਨਾਂ ਨੇ ਇੱਥੇ ਇੰਡੀਆ 'ਚ ਕਿਹਾ ਕਿ ਸਾਨੂੰ 500 ਕਾਪੀਆਂ ਭੇਜੋ, ਐਲਾਈਡ ਪਬਲਿਸ਼ਰਸ ਨੇ ਲੋਗੋ ਉਹਨਾਂ ਦਾ ਛਾਪਿਆ, ਇੰਡਸ ਪਬਲੀਕੇਸ਼ਨ ਕਰਾਚੀ ਲਾਹੌਰ, ਤਾਂ ਉਹਨਾਂ ਨੂੰ 500 ਕਾਪੀਆਂ ਉੱਥੇ ਭੇਜੀਆਂ। ਉਹਦੇ ਬਾਅਦ ਦੂਜੀ ਐਡੀਸ਼ਨ ਆਈ, ਹਾਰਪਰ ਕੋਲਨ ਨੇ ਕੱਢੀ, ਤੀਜੀ ਆਈ ਉਹ ਪੈਂਗੋਨ ਨੇ ਕੱਢੀ, ਅਤੇ ਉੱਥੇ ਮੁਜ਼ੰਗ 'ਚ ਇੱਕ ਪਬਲਿਸ਼ਰ ਹੈ, ਉਹਨੇ ਕੀ ਕੀਤਾ, ਉਹ ਲਾਹੌਰ ਦੀ ਕਿਤਾਬ ਲੈ ਕੇ ਉਹਦਾ ਉਰਦੂ 'ਚ ਤਰਜਮਾ ਕਰਤਾ।
ਉਹਨੇ ਕਿਸੇ ਨੇ ਪੁੱਛਿਆ ਨਾਮ ਇੰਡੀਆ 'ਚ ਪੁੱਛਿਆ ਨਾਮ ਉੱਥੇ ਉਹਨਾਂ ਨੂੰ ਪੁੱਛਿਆ ਅਤੇ ਉਹਨੇ ਹਜ਼ਾਰਾਂ ਕਾਪੀ ਉਹਨੇ ਨਾਂ ਰੱਖਿਆ ਕਿਤਾਬ ਦਾ ਲਾਹੌਰ ਜਬ ਜਵਾਨ ਥਾ ਪ੍ਰਾਨ ਨੇਵਲ। ਅੱਛਾ ਜੀ, ਉਹ ਮੈਨੂੰ ਮਿਲੇ ਜਦੋਂ ਵੈਨ ਆਈ ਵੈਂਟ ਦੇਅਰ 90s ਦੇ ਵਿੱਚ ਮਿਲੇ ਅਤੇ ਕਿਸੇ ਨੇ ਦੱਸਿਆ ਕਿ ਤੁਸੀਂ ਉਹਨੂੰ ਕਹੋ ਇਹ ਕੀ ਕੀਤਾ ਕਿਉਂ, ਮੈਂ ਕਿਹਾ ਮੈਂ ਕੀ ਇਹ ਮੈਂ ਨਹੀਂ ਕਹਿਣਾ, ਉਹ ਖੁਸ਼ ਹੈ ਠੀਕ ਹੈ, ਮੈਂ ਕਿਹੜਾ ਕੋਈ ਖਜ਼ਾਨੇ ਬਣਾ ਲੈਣੇ ਇੱਕ ਕਿਤਾਬ ਤੋਂ ਦੀ ਲਈ। ਲਓ ਜੀ, ਉਹਨਾਂ ਨੇ ਉਹਨੂੰ ਟੈਲੀਫੋਨ ਕੀਤਾ ਕਿ ਪ੍ਰਾਨ ਸਾਹਿਬ ਆਏ ਇੱਥੇ ਅਤੇ ਤੂੰ ਕੀਤਾ ਹੈ, ਉਹ ਕਹਿੰਦਾ ਮੈਂ ਮਿਲਾਂਗਾ ਉਹਨਾਂ ਨੂੰ। ਲਓ ਜੀ, ਉਹ ਮੈਨੂੰ ਮਿਲਿਆ, ਕਹਿੰਦਾ ਜੀ ਇਹ ਤਾਂ ਸਾਡਾ ਅਸੀਂ ਤਾਂ ਤੁਹਾਨੂੰ ਬੜਾ ਭਾਰੀ ਫੇਵਰ ਕੀਤਾ। ਮੈਂ ਕਿਹਾ ਬੜਾ ਅੱਛਾ ਕੀਤਾ, ਮੈਂ ਕਦੋਂ ਕਿਹਾ ਕਿ ਨਹੀਂ ਕੀਤਾ। ਕਹਿੰਦੇ ਐਵੇਂ ਲੋਕ ਗੱਲਾਂ ਕਰਦੇ ਜੀ, ਪਾਇਰੇਟ ਕਰਦੇ, ਪਾਇਰੇਟ ਸੀ ਕੋਈ ਜਹਾਜ਼ ਲੁੱਟ ਲਿਆ ਜਿਹੜਾ ਪਾਇਰੇਟ ਕਰਤਾ ਸੀ। ਕਹਿੰਦੇ ਇੱਕ ਕਿਤਾਬ ਆ ਔਰ ਤੁਹਾਨੂੰ ਦੱਸਦਾ ਗਰੰਟੀ ਲੈਣਾ ਇੱਕ ਅੱਖਰ ਨਹੀਂ ਬਦਲਿਆ ਜੀ, ਇੱਕ ਅੱਖਰ ਅਸੀਂ ਨਹੀਂ ਬਦਲਿਆ, ਜੋ ਤੁਸੀਂ ਲਿਖਿਆ ਸੀ ਉਹਦਾ ਤਰਜਮਾ ਚਾਰ ਬੰਦਿਆਂ ਨੂੰ ਦਿਖਾ ਕੇ ਉਹ ਕੀਤੀ ਤੁਹਾਡੀ ਕਿਤਾਬ। ਲਓ ਜੀ, ਐਨੀਵੇ ਮੈਂ ਕਿਹਾ ਅੱਛਾ ਦੋ ਚਾਰ ਕਾਪੀਆਂ ਦੇ ਦਿਓ। ਕਹਿੰਦੇ ਇਹ ਤੁਸੀਂ ਮੁਸ਼ਕਲ ਪਾ ਦਿੱਤਾ ਨਾ, ਕਿਉਂਕਿ ਸਾਰੀ ਕਾਪੀਆਂ ਵਿਕ ਚੁੱਕੀਆਂ ਔਰ ਮੇਰੀ ਦੁਕਾਨ 'ਤੇ ਸਾਰੀ ਦੁਕਾਨ ਚੁੱਕ ਕੇ ਲੈ ਤੁਹਾਡੀ ਹੈ ਸਾਰੀਆਂ ਕਿਤਾਬਾਂ ਜਿਹੜੀ ਚੁੱਕੋ। ਮੈਂ ਕਿਹਾ ਕਾਕਾ ਮੈਨੂੰ ਇੱਕ ਸਿਰਫ ਇੱਕ ਕਾਪੀ ਦੇ ਦੇ, ਦੋ ਕੁ ਦੇ ਦੇ, ਮੈਂ ਦਿਖਾਵਾਂ ਤਾਂ ਸਹੀ ਉਰਦੂ ਦੀ। ਕਹਿੰਦਾ ਲਓ ਜੀ, ਮੈਂ ਘਰੋਂ ਮੰਗਾਉਣਾ। ਘਰ ਟੈਲੀਫੋਨ ਕਰਕੇ ਕਹਿੰਦਾ ਮੈਂ ਆਪਣੀ ਬੇਗਮ ਨੂੰ ਕਹਿੰਦਾ ਕਿ ਮੇਰੀ ਜਿਹੜੀ ਕਾਪੀ ਪਈ ਉਹ ਤੁਹਾਨੂੰ ਲਿਆ ਕੇ ਦੇ ਦੇ। ਮੈਂ ਕਿਹਾ ਜਿਹੜੀ ਤੂੰ ਮਰਜ਼ੀ ਤੂੰ। ਖੈਰ ਜੀ, ਉਹਨੇ ਕਾਪੀ ਇੱਕ ਮੈਨੂੰ ਭੇਜੀ, ਮੇਰੇ ਕੋਲ ਹਾਲੇ ਤੱਕ ਰੱਖੀ, ਲਾਹੌਰ ਜਬ ਜਵਾਨ ਤਾ। ਸੋ ਇਹ ਮੈਂ ਕਹਿਣਾ ਚਾਹੁੰਦਾ ਕਿ ਇਹ ਹੋਈ ਕਿ ਆਲਦੋ ਕਿਤਾਬ ਮੇਰੀ ਅੰਗਰੇਜ਼ੀ 'ਚ ਲਿਖੀ ਉਰਦੂ ਦੇ ਵਿੱਚ, ਲੇਕਿਨ ਪੰਜਾਬੀ ਦਾ ਫਲੇਵਰ ਮੈਂ ਰੱਖਿਆ ਉਹ ਅਪੈਂਡਿਕਸ ਦੇ ਵਿੱਚ, ਵਿੱਚ ਵੀ ਕਈ ਜਗ੍ਹਾ ਪੰਜਾਬੀ ਦੇ ਲਫਜ਼ ਇਸਤੇਮਾਲ ਕਰਦਾ। ਜਿਹੜੇ ਗਾਣੇ ਲਿਖੇ, ਜਿਹੜਾ ਜ਼ਿਕਰ ਕੀਤਾ ਇਹਨਾਂ ਨੇ, ਇਹ ਗਾਣੇ ਮੈਂ ਬਚਪਨ 'ਚ ਆਪਣੀ ਮਾਂ ਕੋਲ ਸੁਣੇ ਸੀ, ਕਿਉਂਕਿ ਉਹਨੂੰ ਗਾਉਣ ਦਾ ਬੜਾ ਸ਼ੌਕ ਸੀ ਔਰ ਉਹ ਗਾਣੇ ਮੈਂ ਲੜ ਬੰਨੇ ਸੀ ਅਤੇ ਮੈਂ ਉਹ ਕਿਤਾਬ ਦੇ ਵਿੱਚ ਅਖੀਰ ਦੇ ਵਿੱਚ 15-20 ਗਾਣੇ, ਇਹ ਜਿਹੜਾ ਅਰਸ਼ੀ ਉਹਨਾਂ ਨੇ ਜ਼ਿਕਰ ਕੀਤਾ, ਪੱਲਾ ਮਾਰ ਕੇ ਬੁਝਾ ਗਈ ਦੀਵਾ ਕਿ ਅੱਖ ਨਾਲ ਗੱਲ ਕਰ ਗਈ, ਇਹ ਬੜਾ ਭਾਰੀ ਤਵਾ ਸੀ 1928 ਦੇ ਵਿੱਚ ਔਰ ਇਹ ਇੰਨਾ ਚੱਲਦਾ ਸੀ, ਛਈ ਰਨ ਗਸ ਗਈ ਬਸਰੇ ਨੂੰ, ਗਈ ਰਨਾਂ ਵਾਲਿਆਂ ਦੇ ਪੱਕਣ ਪਰੌਂਠੇ ਨਹੀਂ ਗਵਿੰਦੀ ਹੈ ਕਿ ਛੜੀਆਂ ਦੀ ਅੱਗ ਨਾ ਬਲੇ ਛਈ, ਇਹ ਉਹਦਾ ਗਾਣਾ ਜੇ ਪੱਲਾ ਮਾਰ ਕੇ ਬੁਝਾ ਗਈ ਦੀਵਾ ਕਿ ਅੱਖ ਨਾਲ ਗੱਲ ਕਰ ਗਈ। ਐਨੀਵੇ, ਅੰਨਾ ਪੰਜਾਬੀ ਦੀ ਜਿੱਥੇ ਗੱਲ ਆਉਂਦੀ ਹੈ, ਬਲਰਾਜ ਸਾਹਨੀ ਹੋਣੀ ਤਾਂ ਬੜਾ ਪੰਜਾਬੀ ਨਾਲ ਪ੍ਰੇਮ ਸੀ ਉਹਨਾਂ ਨੂੰ, ਸੋ ਮਚ ਸੋ ਕਿ ਪੰਜਾਬੀ ਫਿਲਮਾਂ 'ਚ ਉਹਨਾਂ ਨੇ ਕੰਮ ਵੀ ਕੀਤਾ, ਸਤਲੁਜ ਦੇ ਕੰਢੇ 'ਤੇ ਇੱਕ ਸੀ, ਨਾਨਕ ਦੁਖੀਆ ਸਭ ਸੰਸਾਰ, ਉਹਦੇ ਇਲਾਵਾ ਉਹਨਾਂ ਨੇ ਜਿਹੜੀ ਬੈਸਟ ਪੰਜਾਬੀ ਦੀ ਪਿਕਚਰ ਮੈਂ ਦੇਖੀ ਹੈ ਜਿਹੜੀ ਬਣੀ ਹੈ, ਉਹ ਫਿਲਮ ਜਿਹੜੀ ਸੀ ਚੰਨ ਪਰਦੇਸੀ, ਇਟ ਵਾਜ਼ ਡੈਡੀਕੇਟਿਡ ਟੂ ਦ ਮੈਮਰੀ ਆਫ ਬਲਰਾਜ ਸਾਹਨੀ। 1980 ਦੇ ਕਰੀਬ ਬਣੀ ਸੀ ਪਿਕਚਰ। ਉਸ ਪਿਕਚਰ 'ਚ ਅਮਰੀਸ਼ ਪੁਰੀ, ਓਮ ਪੁਰੀ, ਕੁਲਭੂਸ਼ਣ ਖਰਬੰਦਾ ਅਤੇ ਰਮਾ ਵਿੱਚ ਇਹ ਲੀਡਿੰਗ ਐਕਟ, ਰਾਜ ਬੱਬਰ ਵੀ ਸੀ। ਇਹ ਇੱਕ ਪੰਜਾਬੀ ਫਿਲਮਾਂ 'ਚੋਂ ਮੇਰਾ ਖਿਆਲ ਇਹ ਸਭ ਤੋਂ ਵਨ ਆਫ ਦਾ ਬੈਸਟ ਪਿਕਚਰ ਜਿਹੜੀ ਹਾਲ ਤੱਕ ਬਣੀ ਹੈ ਪੰਜਾਬੀ 'ਚ, ਉਹ ਸੀ ਚੰਨ ਪਰਦੇਸੀ। ਲੋਕ ਜਾਣਦੇ ਨਹੀਂ ਕਿਉਂਕਿ ਅਸੀਂ ਐਂਟਰਪ੍ਰਾਈਜ਼ਿੰਗ ਹੈਗੇ ਹਾਂ ਬੜੇ ਭਾਰੀ, ਲੇਕਿਨ ਇਹ ਨਹੀਂ ਕਦੀ ਕੋਸ਼ਿਸ਼ ਕੀਤੀ ਕਿ ਜਿਸ ਤਰ੍ਹਾਂ ਬੰਗਾਲੀ ਤਾਮਿਲ ਫਿਲਮਾਂ ਕਿਸੇ ਮਸ਼ਹੂਰ ਹੋ ਜਾਣ ਤਾਂ ਉਹਨੂੰ ਸਭ ਟਾਈਟਲ ਕਰਕੇ ਅੰਗਰੇਜ਼ੀ 'ਚ ਅਸੀਂ ਦਿਖਾਈਏ, ਇਸ ਕੰਮ 'ਚ ਅਸੀਂ ਬਹੁਤੇ ਮਾਹਰ ਨਹੀਂ। ਉਹਦੀ ਕਈ ਵਜ੍ਹਾ, ਇਹ ਪਿੱਛੇ ਲਾਹੌਰ ਜਦੋਂ ਮੈਂ ਜ਼ਿਕਰ ਕੀਤਾ ਨਾ, ਗਿਆ ਸੀ ਜਦੋਂ ਲਿਟਰੇਰੀ ਫੈਸਟੀਵਲ, ਤਾਂ ਉੱਥੇ ਜਲੂਸ ਨਿਕਲ ਰਿਹਾ ਸੀ, ਡੈਮੋਨਸਟ੍ਰੇਸ਼ਨ ਕਰ ਰਹੇ ਸੀ। ਉਦਨ ਸੀ ਮਾਂ ਬੋਲੀ ਡੇ, ਮਦਰ ਟੰਗ ਯੂਨਾਈਟਿਡ ਨੇਸ਼ਨ ਡੇ ਸੀ, 22 ਫਰਵਰੀ ਦੀ ਗੱਲ ਹੈ, 21-22 ਫਰਵਰੀ।
ਤਾਂ ਮੇਰੇ ਦੋਸਤ ਸੀ ਉਹ ਲੈ ਗਏ, ਮੈਂ ਕਿਹਾ ਕੀ ਹੋ ਰਿਹਾ ਮਾਂ ਬੋਲੀ, ਕਹਿੰਦੇ ਆਓ ਤੁਸੀਂ ਇਹਨਾਂ ਨਾਲ ਗੱਲ ਕਰੋ ਜੇਕਰ। ਉਹਦੇ ਬਾਅਦ ਪ੍ਰੈਸ ਕਲੱਬ 'ਚ ਉਹਨਾਂ ਕਹਿੰਦੇ ਮੀਟਿੰਗ ਕਰਕੇ ਤੁਸੀਂ ਵੀ ਦੱਸੋ ਕਿ ਮਾਂ ਬੋਲੀ ਦੀ ਕੀ ਹੈ। ਫਿਰ ਮੈਨੂੰ ਜੀ ਉਹ ਸਾਰੇ ਬੰਦੇ ਇਕੱਠੇ ਹੋ ਕੇ ਮੈਨੂੰ ਬੁਲਾਇਆ ਅਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਗੌਰਮੈਂਟ ਨੂੰ ਕਾਹਦੇ ਲਈ ਗਾਲਾਂ ਕੱਢਦੇ ਹੋ ਕਿ ਉਹ ਮਾਂ ਬੋਲੀ ਨੇ ਕੀਤਾ। ਉਹਨਾਂ ਨੂੰ ਮੈਂ ਸਾਰੀ ਕਹਾਣੀ ਸੁਣਾਈ, ਹਿਸਟੋਰੀਕਲ ਫੈਕਟਸ ਦੱਸਿਆ ਕਿ ਪੰਜਾਬੀ ਕਿਉਂ ਪਿੱਛੇ ਰਹਿ ਗਈ ਹੈ ਇਸ ਚੀਜ਼। ਮੈਂ ਕਿਹਾ ਜਦੋਂ 1849 'ਚ ਅੰਗਰੇਜ਼ ਆਇਆ, ਅੰਗਰੇਜ਼ ਨੂੰ ਉਰਦੂ ਦਾ ਐਕਸਪੀਰੀਅੰਸ ਹੋ ਚੁੱਕਾ ਸੀ, ਅਫਸਰਾਂ ਨੇ ਉਰਦੂ ਆਪਣਾ ਮੁਨਸ਼ੀਆਂ ਕੋਲੋਂ ਸਿੱਖ ਲਈ ਸੀ, ਅਤੇ ਜਦੋਂ ਦੇਖਿਆ ਕਿ ਇਹ ਜਿਹੜੇ ਪੰਜਾਬ ਹੈ ਇਹਨਾਂ ਨੂੰ ਉਰਦੂ ਸਕ੍ਰਿਪਟ ਤਾਂ ਆਲਰੇਡੀ ਆਉਂਦਾ, ਕਿਉਂਕਿ ਸਾਰੀ ਪੰਜਾਬੀ ਲਿਟਰੇਚਰ ਜੋ ਉਹਨਾਂ ਨੇ ਸੁਣੀ ਦੇਖੀ, ਪੰਜਾਬ ਦੀ ਰੋਮੈਂਟਿਕ ਲਿਟਰੇਚਰ, ਇਹ ਵੋ ਹੀਰ ਰਾਂਝਾ ਜਿੰਨੇ ਕਿੱਸੇ, ਉਹ ਸਾਰੇ ਉਰਦੂ ਸਕ੍ਰਿਪਟ ਸੀ। ਉਹਨਾਂ ਨੇ ਕਿ ਇਹਨਾਂ ਨੂੰ ਸਕ੍ਰਿਪਟ ਆਉਂਦਾ। ਫਿਰ ਇਹਨਾਂ ਦੇ ਜਿਹੜੇ ਆਪਣਾ ਸਰਕਾਰੀ ਕੰਮ ਹੈ ਮਹਾਰਾਜਾ ਰਣਜੀਤ ਸਿੰਘ ਦੇ ਜ਼ਮਾਨੇ 'ਚ ਪਰਸ਼ੀਅਨ 'ਚ ਹੁੰਦਾ ਸੀ, ਅਤੇ ਜੇ ਪਰਸ਼ੀਅਨ ਨੂੰ ਜਾਣਦੇ ਹੈ ਉਰਦੂ ਨੂੰ ਜਾਣਦੇ ਹੈ, ਇੱਥੇ ਅਸੀਂ ਉਰਦੂ ਕਿਉਂ ਨਾ ਇੰਟਰੋਡਿਊਸ ਕਰੀਏ। ਅਤੇ ਅੰਗਰੇਜ਼ ਨੇ ਇਹ ਉਰਦੂ ਜਿਹੜਾ ਮੀਡੀਅਮ ਆਫ ਇੰਸਟਰਕਸ਼ਨ ਪੰਜਾਬ 'ਚ ਪ੍ਰਾਇਮਰੀ ਲੈਵਲ 'ਤੇ ਅੰਗਰੇਜ਼ਾਂ ਨੇ ਇੰਟਰੋਡਿਊਸ ਕੀਤਾ। ਪੰਜਾਬ ਵਾਸ ਦਾ ਓਨਲੀ ਪ੍ਰੋਵਿੰਸ ਇਨ ਹੋਲ ਆਫ ਬ੍ਰਿਟਿਸ਼ ਇੰਡੀਆ ਜਿਹਦੇ 'ਚ ਕਿ ਜਿਹੜੀ ਮਦਰ ਟੰਗ ਸੀ ਇਟ ਵਾਸ ਸੈਟ ਅਸਾਈਡ ਐਂਡ ਉਰਦੂ ਵਾਸ ਇੰਟਰੋਡਿਊਸਡ। ਆਈ ਬਿਲੋਂਗ ਟੂ ਏ ਜਨਰੇਸ਼ਨ ਜਿਸ ਵੇਲੇ ਪੰਜਾਬੀ 'ਚ ਕਿਸੇ ਕਿਸਮ ਦੀ ਕੋਈ ਕਿਤਾਬ ਸਕੂਲ 'ਚ ਨਹੀਂ ਸੀ ਹੁੰਦੀ, ਸਵਾਏ ਖਾਲਸਾ ਸਕੂਲ 'ਚ ਗੁਰਮੁਖੀ ਦੇ ਹੋਣ, ਬਾਕੀ ਕੋਈ ਪੰਜਾਬੀ, ਅੱਛਾ ਪੰਜਾਬੀ ਜਿਹੜੀ ਹੁੰਦੀ ਵੀ ਸੀ ਉਹ ਉਰਦੂ ਸਕ੍ਰਿਪਟ 'ਚ ਲਿਖਦੇ ਸੀ ਸਾਰੇ ਲੋਕ। ਜਿੰਨੇ ਕਿੱਸੇ ਹੋਏ ਤੁਹਾਡੇ, ਸਾਡੇ ਕਾਲਜ ਦੀ ਰਾਵੀ ਮੈਗਜ਼ੀਨ ਹੁੰਦੀ ਸੀ ਗਵਰਨਮੈਂਟ ਕਾਲਜ ਲਾਹੌਰ ਦੀ, ਉਹਦੇ 'ਚ ਉਰਦੂ ਪੰਜਾਬੀ ਦਾ ਹੁੰਦਾ ਸੀ ਇੱਕ ਪੋਰਸ਼ਨ ਛੋਟਾ ਜਿਹਾ, ਲੇਕਿਨ ਸਾਰੇ ਅਸੀਂ ਕੰਟਰੀਬਿਊਟਰ ਜਿਹੜੇ ਹੁੰਦੇ ਸੀ ਸਭ ਉਰਦੂ 'ਚ ਲਿਖ ਕੇ ਕਰਦੇ ਸੀ। ਉਹਨਾਂ ਨੂੰ ਸਾਰਾ ਮੈਂ ਸਮਝਾਇਆ, ਜਿਹੜੇ ਪਾਕਿਸਤਾਨੀ ਡੈਮੋਨਸਟ੍ਰੇਟ ਕਰ ਰਹੇ ਸੀ, ਮੈਂ ਕਿਹਾ ਗੌਰਮੈਂਟ ਦਾ ਕੋਈ ਕਸੂਰ ਨਹੀਂ, 1947 ਤੱਕ ਤੁਹਾਡੇ ਸਾਰੇ ਇੱਥੇ ਥਾਣਿਆਂ ਵਿੱਚ ਸਭ ਜਗ੍ਹਾ 'ਤੇ ਜਿਹੜੇ ਰਿਪੋਰਟ ਕਰਾਉਣ ਜਾਂਦੇ ਸੀ ਉਹ ਉਰਦੂ 'ਚ ਲਿਖਦੇ ਸੀ, ਉਰਦੂ 'ਚ ਹੀ ਸਾਈਨ ਕਰਦੇ ਸੀ। ਮੈਂ ਕਿਹਾ ਪੰਜਾਬੀ ਦਾ ਸਵਾਲ ਕਿੱਥੋਂ ਪੈਦਾ ਹੁੰਦਾ ਸੀ। ਹਾਂ, ਬੋਲਣ 'ਚ ਪੰਜਾਬੀ ਚੱਲਦੀ ਸੀ, ਉਹਦੇ 'ਚ ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਅਸੀਂ ਲੋਕ ਪੰਜਾਬੀ 'ਚ ਗੱਲ ਕਰਦੇ ਸੀ, ਲੇਕਿਨ ਲਿਖਣ ਪੜ੍ਹਨ ਦੇ ਵਿੱਚ ਬਿਲਕੁਲ ਕਿਸੇ ਕਿਸਮ ਦੀ, ਜਿਹੜੇ ਲੋਕ ਆਪਸ 'ਚ ਖਤ ਲਿਖਦੇ ਸੀ ਘਰਦਿਆਂ ਨੂੰ, ਭਰਾਵਾਂ ਨੂੰ, ਦੋਸਤਾਂ ਨੂੰ, ਸਭ ਉਰਦੂ ਦੇ ਪੋਸਟ ਕਾਰਡ ਛਪਦੇ ਸੀ। ਮੈਂ ਆਪਣੇ ਗ੍ਰੈਂਡ ਫਾਦਰ ਨੂੰ ਦੇਖਿਆ ਔਰ ਆਪਣੇ ਫਾਦਰ ਨੂੰ ਦੇਖਿਆ ਉਰਦੂ ਦੇ 'ਚ ਲਿਖਦੇ, ਜਾਂ ਅੰਗਰੇਜ਼ੀ ਦੇ ਵਿੱਚ ਜਾਂ ਉਰਦੂ ਦੇ ਵਿੱਚ। ਮੈਂ ਕਿਹਾ ਇਸ ਕਰਕੇ ਇਹ ਵਜ੍ਹਾ ਹੈ, ਇਹ ਪ੍ਰੈਜ਼ੈਂਟ ਗਵਰਨਮੈਂਟ ਦੀ ਕੋਈ ਕਸੂਰ ਨਹੀਂ ਇਹਦੇ 'ਚ, ਨਾ ਸਾਡੇ ਪਾਸੇ ਨਾ ਤੁਹਾਡੇ ਪਾਸੇ। ਇਹ ਮਾਂ ਬੋਲੀ ਦਾ ਦਿਨ ਜਿਹੜਾ ਤੁਸੀਂ ਕਰ ਰਹੇ ਹੋ, ਤੁਸੀਂ ਬਲੇਮ ਕਰ ਰਹੇ ਹੋ ਆਪਣਾ ਨਵਾਜ਼ ਸ਼ਰੀਫ 'ਤੇ, ਉਹਨੂੰ ਕੰਡੈਮ ਕਰ ਰਹੇ ਹੋ, ਇਹ ਕਰ ਰਹੇ। ਮੈਂ ਕਿਹਾ ਉਹਨਾਂ ਦਾ ਕਸੂਰ, ਉਹਨਾਂ ਨੂੰ ਪਤਾ ਹੀ ਕੱਖ ਨਹੀਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ। ਜਦੋਂ ਮੈਂ ਸਾਰੀ ਗੱਲ ਅੱਧਾ ਘੰਟਾ ਲੈ ਕੇ ਉਹਨਾਂ ਨੂੰ ਸਮਝਾਈ, ਫਿਰ ਉਹਨੇ ਦਿਮਾਗ 'ਚ ਪਈ, ਕਹਿੰਦਾ ਇਹ ਤਾਂ ਯਾਰ ਕਿਸੇ ਨੇ ਦੱਸਿਆ ਨਹੀਂ ਸਾਨੂੰ ਆਪਸ ਦੇ ਵਿੱਚ, ਇਹ ਹਿੰਦੁਸਤਾਨ ਤੋਂ ਆ ਕੇ ਸਾਨੂੰ ਦੱਸ ਰਿਹਾ ਬੰਦਾ ਕਿ ਅਸੀਂ ਆਪਣਾ ਰੌਲਾ ਪਾ ਰਹੇ ਹਾਂ ਕਿ ਪੰਜਾਬੀ ਦਾ ਇਹ ਅਸਰ ਕਿਉਂ ਹੋਇਆ। ਸੋ ਇਹ ਬਰੀਫਲੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ, ਪੰਜਾਬੀ ਦੀ ਕੋਈ ਇਹਦੇ 'ਚ ਪੋਲੀਟੀਕਲ ਜਾਂ ਕਿਸੇ ਗੌਰਮੈਂਟ ਦੀ ਕਿਸੇ ਦੀ ਨਹੀਂ, ਇਹ ਹਿਸਟੋਰੀਕਲ ਫੈਕਟ ਹੈ ਕਿ ਸਾਡੀ ਪੰਜਾਬੀ ਕਿਉਂ ਪਿੱਛੇ ਰਹਿ ਗਈ। ਇਹ 47 ਦੇ ਬਾਅਦ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪੰਜਾਬੀ ਨੂੰ ਦੁਬਾਰਾ ਜ਼ਿੰਦਾ ਕਰ ਰਹੇ ਹਾਂ। ਬਾਕੀ ਫਿਰ ਸਕ੍ਰਿਪਟ 'ਤੇ 2000 ਦੇ ਵਿੱਚ ਕੋਵਿੰਟੀ ਯੂਨੀਵਰਸਿਟੀ 'ਚ ਮੈਨੂੰ ਇਨਵਾਈਟ ਕੀਤਾ, ਉਹਨਾਂ ਨੇ ਇੱਕ ਕਿਸਮ ਦੀ ਪੰਜਾਬੀ ਕਾਨਫਰੰਸ ਕੀਤੀ।
ਇੰਡੀਅਨ ਪੰਜਾਬ, ਪਾਕਿਸਤਾਨੀ ਪੰਜਾਬ ਔਰ ਪੰਜਾਬੀ ਡਾਇਸਪੋਰਾ ਸਾਰੇ ਲੋਕ ਇਕੱਠੇ ਸੀ ਦੋ ਤਿੰਨ ਦਿਨ ਦੀ। ਇੱਕ ਉੱਥੇ ਪ੍ਰੋਫੈਸਰ ਈਅਨ ਟੈਲਬਰਟ ਇਜ਼ ਐਨ ਅਥੋਰਿਟੀ ਆਫ ਪੰਜਾਬ ਕੁਇੰਟਰੀ ਯੂਨੀਵਰਸਿਟੀ 'ਚ, ਤਾਂ ਉਹ ਉਹਨੇ ਆਪਣਾ ਸਾਰਾ ਕੁਛ ਕੀਤਾ ਹੈ। ਲਓ ਜੀ, ਉੱਥੇ ਬੜਾ ਹੋਈ ਚਰਚਾ ਪੰਜਾਬੀ, ਅਸੀਂ ਆਪਸ 'ਚ ਕਾਫੀ ਲੋਕ ਸੀ ਪੰਜਾਬੀ ਬੋਲਦੇ। ਉੱਥੇ ਕਹਿਣ ਲੱਗੇ ਤਾਂ ਪਾਕਿਸਤਾਨੀ ਦੀ ਆਪਣਾ ਸਕ੍ਰਿਪਟ ਹੋ ਰਿਹਾ ਹੈ, ਪੰਜਾਬ ਦਾ ਸਕ੍ਰਿਪਟ ਹੋ ਰਿਹਾ ਹੈ, ਅਤੇ ਤੁਸੀਂ ਦਿੱਲੀ ਵਾਲਿਆਂ ਦਾ ਸਕ੍ਰਿਪਟ ਹੋ ਰਿਹਾ, ਕਿਤੇ ਪੰਜਾਬੀ ਦੀਆਂ ਕਿਤਾਬਾਂ ਇੱਥੇ ਦੇਵਨਾਗਰੀ 'ਚ ਮਿਲਦੀਆਂ। ਮੈਂ ਕਿਹਾ ਗੱਲ ਸੁਣੋ, ਇਹ ਚੀਜ਼ਾਂ ਜਿਹੜੀਆਂ ਇਹ ਤਾਂ ਤੁਹਾਨੂੰ ਗੌਰ ਕਰੋ, ਬਲਰਾਜ ਸਾਹਨੀ ਨੇ ਕੀ ਕਿਹਾ ਸੀ? ਬਲਰਾਜ ਸਾਹਨੀ ਨੇ